ਦਸਮ ਦੁਆਰ ਦੀ ਖੇਡ ਆਤਮ ਪਰਮਾਤਮ ਦੇ ਚੀਨਣ ਦਾ ਜਿੱਥੇ ਸੰਯੋਗ ਵੱਜਦਾ ਹੈ ਅਤੇ ਜਿਸ ਅਸਥਾਨ ਵਿਖੇ ਜੋਤ ਪ੍ਰਕਾਸ਼ ਦਾ ਪਹਿਲਾ ਜਲਵਾ ਦੇਖੀਦਾ ਹੈ ਉਸ ਗੜ੍ਹ ਦੀ ਗਮਤਾ ਆਮ ਲੁਕਾਈ ਲਈ ਬੜੀ ਹੀ ਕਠਿਨ ਹੈ। ਉਸ ਅਗਮ ਕ੍ਰਿਸ਼ਮ ਗੜ੍ਹ ਵਿਖੇ ਕੇਵਲ ਗੁਰੂ ਨਿਵਾਜੇ ਖਾਸ ਗੁਰਮੁਖ ਭਗਤ ਜਿਨ੍ਹਾਂ ਦੀ ਗਮਤਾ ਹੀ ਹੋ ਸਕਦੀ ਹੈ, ਜਿਨ੍ਹਾਂ ਨੇ ਕਿ ਅਥਾਹ ਨਾਮ ਅਭਿਆਸ ਕਮਾਈ ਕੀਤੀ ਹੈ ਤਿਨ੍ਹਾਂ ਦੇ ਘੱਟ ਭੀਤਰੀ ਅਗਮ ਦੁਰਗਮ ਗੜ੍ਹ ਦੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਕਪਾਟ ਖੁੱਲ੍ਹਣ ਸਾਰ ਹੀ ਅੰਤਰ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ, ਅਦਭੁਤ ਬਿਜਲੀ ਚਮਕਣਾ ਲਿਸ਼ਕਾਰ ਹੁੰਦਾ ਹੈ। ਜਦੋਂ ਸ੍ਰੀ ਕਵਲਾ ਕੰਤ ਲਾਲ ਗੋਬਿੰਦ ਆਪਣਾ ਪ੍ਰਗਟਣ ਰੂਪੀ ਭਾਇੰਤਾ ਘੱਟ ਅੰਤਰੀ ਗੜ੍ਹ ਅੰਦਰ ਰੱਖਦਾ ਹੈ ਉਸ ਵੇਲੇ ਜੋਤ ਜਲਵਨੀ ਬਿਜਲੀ ਦੇ ਲਿਸ਼ਕਾਰ ਸਮੇਂ ਜੋ ਆਨੰਦ ਮਹਾਰਸ ਅੰਦਰ ਮੌਲਦਾ ਹੈ ਉਸ ਦਾ ਪਾਰਾਵਾਰ ਨਹੀਂ। ਜਦੋਂ ਜੀਵ ਆਤਮਾ ਦੀ ਗੁਰਮਤਿ ਨਾਮ ਨਾਲ ਲਿਵ ਲੱਗ ਜਾਂਦੀ ਹੈ ਤਦੋਂ ਹੀ ਜਰਾ ਮਰਨ ਤੋਂ ਛੁਟਕਾਰਾ ਹੁੰਦਾ ਹੈ ਅਤੇ ਤਿਮਰ ਅਗਿਆਨ ਦਾ ਭਰਮ ਭਉ ਦੂਰ ਹੁੰਦਾ ਹੈ। ਜਿਨ੍ਹਾਂ ਦਾ ਮਨ ਮਾਇਕ ਬਹੁਰੰਗੀ ਭੜਕਾਂ ਵਾਲੀ ਸੁੰਦਰਤਾ ਦੀਆਂ ਨਿਖੜਮੀਆਂ ਪਰਖਾਂ ਨਿਰਖਾਂ ਵਾਲੀ ਵਿਪਰੀਤ ਵਿੱਚ ਖੱਚਤ ਹੋਇਆ ਹੈ ਉਹ ਭਾਵੇਂ ਕਿਤਨਾ ਹੀ ਆਪਣੇ ਆਪ ਨੂੰ ਕਰਤੇ ਕੁਦਰਤੀ ਮੁਸ਼ਤਾਕੀਆ ਭਗਤ ਜਣਾਉਣ ਪਰੰਤੂ ਉਹ ਵਾਸਤਵ ਵਿੱਚ ਮਮਤਾ ਮਈ ਹੋਮੈ ਗਾਵਨੇ ਗੀਤ ਹੀ ਗਾਵਨਦੇ ਹਨ। ਉਹ ਚਾਹੇ ਕਿਤਨੀਆਂ ਗੱਪਾਂ ਮਾਰਨ ਉਹਨਾਂ ਨੂੰ ਅਨਹਦ ਸ਼ਬਦ ਦੀ ਅਗੰਮੀ ਖੇਡ ਦਾ ਤਿਲ ਮਾਤਰ ਵੀ ਪਤਾ ਨਹੀਂ ਹੁੰਦਾ। ਵਰਣ ਅਵਰਣੀ ਵਿਪਰੀਤ ਰੀਤੀ ਦਾਤ ਪਿਆਰੜੀ ਪ੍ਰੀਤ ਦਾ ਪ੍ਰੀਤ ਆਗ ਕਰਕੇ ਜਿਨ੍ਹਾਂ ਦੀ ਸੱਚੜੀ ਪ੍ਰੀਤ ਦਾ ਤਾਰ ਕਰਤਾਰ ਦੇ ਜੋਤ ਪ੍ਰਤਿਬਿੰਬੀ ਚਰਨ ਕਵਲਾ ਨਾਲ ਲੱਗੀ ਹੈ ਤਿਨ੍ਹਾਂ ਨਾਮ ਅਭਿਆਸ ਦੀਆਂ ਅਥਾਹ ਕਮਾਈਆਂ ਕਰਨ ਹਾਰੇ ਸ਼ਬਦ ਸੁਰਤੀ ਸ਼ਰਾਂ ਨੂੰ ਜਦੋਂ ਸ੍ਰੀ ਗੋਪਾਲ ਗੋਸਾਈ ਜੋਤੀ ਸਰੂਪ ਦੇ ਘੱਟ ਅੰਤਰੀ ਪ੍ਰਕਾਸ਼ ਉਜਿਆਰੇ ਅਤੇ ਪ੍ਰਗਟ ਪਹਾਰੇ ਪ੍ਰਗਟਣ ਦਾ ਸ਼ੁਭ ਅਵਸਰ ਵੱਜਾ ਕੇਵਲ ਉਸ ਸਮੇਂ ਵਡਭਾਗੇ ਗੁਰਮੁਖ ਜਨਾਂ ਚੁਣ ਕੱਢੇ ਲੱਦੋ ਵਾਰਿਆਂ ਨੂੰ ਅਨਹਦ ਸ਼ਬਦ ਦੀ ਚੁਣਕਾਰ ਸੁਣਾਈ ਦਿੰਦੀ ਹੈ। ਉੱਪਰ ਲਿਖੇ ਗੁਰਮਤਿ ਭਾਵ ਦਾ ਤੱਤ ਪਰਮਾਰਥੀ ਨਕਸ਼ਾ ਹੇਠਲੀਆਂ ਗੁਰਵਾਕ ਪੰਕਤੀਆਂ ਵਿੱਚ ਹੂ ਬਹੂ ਉਤਾਰਿਆ ਉਕਰਿਆ ਹੋਇਆ ਹੈ। ਅਗਮ ਦੁਰਗਮ ਗੜ੍ਹ ਰਚਿਓ ਵਾਸ ਜਾ ਮਹਿ ਜੋਤ ਕਰੇ ਪ੍ਰਗਾਸ ਬਿਜਲੀ ਚਮਕੇ ਹੋਏ ਆਨੰਦ ਜਿਹ ਪੌੜੇ ਪ੍ਰਭ ਬਾਲ ਗੋਬਿੰਦ ਇਹ ਜੀਓ ਰਾਮ ਨਾਮ ਲਿਵ ਲਾਗੈ ਜਰਾ ਮਰਨ ਛੂਟੈ ਭਰਮ ਭਾਗੈ ਰਹਾਓ ਅਵਰਨ ਵਰਨ ਸਿਉ ਮਨ ਹੀ ਪ੍ਰੀਤ ਹਉ ਮੈਂ ਗਾਵਨ ਗਾਵਹਿ ਗੀਤ ਅਨਹਦ ਸ਼ਬਦ ਹੋਤ ਝੁਨਕਾਰ ਜਿਹ ਪੌੜੇ ਪ੍ਰਭ ਸ੍ਰੀ ਗੋਪਾਲ। ਇਸ ਦੇ ਨਾਲ ਲਗਵੇਂ ਪੌੜੇ ਇਹ ਹਨ ਖੰਡਲ ਮੰਡਲ ਮੰਡਲ ਮੰਡਾ ਤ੍ਰਿ ਅਸਥਾਨ ਤੀਨ ਤ੍ਰਿ ਖੰਡਾ ਅਗਮ ਅਗੋਚਰ ਰਹਿਆ ਅਬ ਅੰਤ ਪਾਰ ਨ ਪਾਵੈ ਕੋ ਧਰਨੀ ਧਰਮੰਤ ਕਦਲੀ ਪੁਹਪ ਧੂਪ ਪ੍ਰਗਾਸ ਰਜ ਪੰਕਜ ਮਹਿ ਲਿਓ ਨਿਵਾਸ ਦੁਆਦਸ ਦਲ ਅਬ ਅੰਤਰ ਮੰਤ ਜਿਹ ਪੌੜੇ ਸ੍ਰੀ ਕਮਲਾ ਕੰਤ ਅਰਧ ਉਰਦ ਮੁਖ ਲਾਗੋ ਕਾਸ ਸੁੰਗ ਮੰਡਲ ਮਹਿ ਕਰ ਪ੍ਰਗਾਸ ਊਹਾ ਸੂਰਜ ਨਾਹੀ ਚੰਦ ਆਦਿ ਨਿਰੰਜਨ ਕਰੈ ਆਨੰਦ ਸੋ ਬ੍ਰਹਿਮੰਡ ਪਿੰਡ ਸੋ ਜਾਨ ਮਾਨ ਸਰੋਵਰ ਕਰ ਇਸਨਾਨ ਸੋਹੰ ਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨ ਹੋਏ ਪੁੰਨ ਅਰ ਪਾਪ ਅਵਰਨ ਵਰਨ ਘਾਮ ਨਹੀਂ ਛਾਮ ਅਵਰ ਨ ਪਾਈਏ ਗੁਰ ਕੀ ਸਾਮ ਟਾਰੀ ਨਾ ਟਰੈ ਆਵੈ ਨਾ ਜਾਏ ਸੁਨ ਸਹਿਜ ਮਹਿ ਰਹਿਓ ਸਮਾਏ ਮਨ ਮੱਧੇ ਜਾਣੈ ਜੇ ਕੋਏ ਜੋ ਬੋਲੈ ਸੋ ਆਪੇ ਹੋਏ ਮਨ ਮੱਧੇ ਜਾਣੈ ਜੇ ਕੋਏ ਜੋ ਬੋਲੈ ਸੋ ਆਪੇ ਹੋਏ ਜੋਤ ਮੰਤਰ ਮਨ ਅਸਥਿਰ ਕਰੈ ਕਹਿ ਕਬੀਰ ਸੋ ਪ੍ਰਾਣੀ ਤਰੈ। ਜਿਤਨੇ ਵੀ ਖੰਡ ਬ੍ਰਹਿਮੰਡ ਮੰਡਲ ਸਮੂਹ ਮੰਡਲਾਂ ਦੇ ਅਣਗਿਣਤ ਮੰਡਲ ਬ੍ਰਹਿਮੰਡ ਖੰਡ ਹਨ ਸੋ ਸਭ ਤ੍ਰਿਵਿਧ ਮਾਇਆ ਦੇ ਤ੍ਰੈਗੁਣੀ ਅਸਥਾਨ ਹਨ। ਪੰਜ ਭੂਤਕ ਅੱਖਾਂ ਨੂੰ ਇਸ ਤ੍ਰੈਗੁਣੀ ਕੁਦਰਤ ਅੰਦਰ ਕਰਤਾ ਪੁਰਖ ਨਜ਼ਰ ਨਹੀਂ ਆਉਂਦਾ। ਕੁਦਰਤ ਪ੍ਰਸਤ ਭਾਵ ਨੈਚੁਰਲਿਸਟ ਕੁਦਰਤ ਦੇ
ਤ੍ਰੈਗੁਣੀ ਪਸਾਰੇ ਅੰਦਰ ਹੀ ਉਰਜੇ ਸੁਰਜੇ ਰਹਿੰਦੇ ਹਨ। ਇਸ ਤ੍ਰੈਗੁਣ ਪਸਾਰੇ ਦੇ ਬਾਹਮੁਖੀ ਨਜ਼ਾਰੇ ਤੋਂ ਅਗਮ ਅਗੋਚਰ ਕਾਦਰ ਕਰਤਾ ਇਹਨਾਂ ਬਾਹਮੁਖੀ ਨੇਤਰਾਂ ਨਾਲ ਨਹੀਂ ਦੇਖਿਆ ਜਾ ਸਕਦਾ। ਜਦੋਂ ਇਹ ਤਿਮਰ ਅਗਿਆਨ ਅੰਧਲੇ ਨੇਤਰ ਸਤਿਗੁਰੂ ਗੁਰੂ ਸ਼ਬਦ ਦੀ ਪਾਰਸ ਰਸਾਇਣੀ ਸਪਰਸ਼ ਦੁਆਰਾ ਦਿਵ ਦ੍ਰਿਸ਼ਟੇ ਹੋ ਜਾਂਦੇ ਹਨ ਤਾਂ ਅਗਮ ਅਗੋਚਰ ਕੁਦਰਤ ਦੇ ਮਾਲਕ ਕਾਦਰ ਕਰਤੇ ਦੀ ਪਹਿਲੀ ਝਾਤੀ ਅਬ ਅੰਦਰ ਭਾਵ ਹਿਰਦੇ ਅੰਦਰ ਹੀ ਵੱਜਦੀ ਹੈ ਅਤੇ ਹਿਰਦੇ ਅੰਦਰ ਹੀ ਇਸ ਅਲੌਕਿਕ ਪ੍ਰਕਾਸ਼ ਉਜਿਆਰੇ ਦਾ ਪਸਾਰਾ ਪਸਰ ਰਹਿੰਦਾ ਹੈ। ਫਿਰ ਰਿਦੰਤਰੋਂ ਹੀ ਪਸਰਾਓ ਹੋ ਕੇ ਦਿਵ ਦ੍ਰਿਸ਼ਟੇ ਨੇਤਰਾਂ ਨੂੰ ਸਾਰੀ ਕੁਦਰਤ ਅੰਦਰ ਸਾਰੇ ਖੰਡਾਂ ਬ੍ਰਹਿਮੰਡਾਂ ਅੰਦਰ ਹੀ ਜੋਤੀ ਸਰੂਪ ਦੇ ਪ੍ਰਤੱਖ ਸਮਰਥਕ ਦੀਦਾਰੇ ਹੁੰਦੇ ਹਨ। ਅਬ ਭਾਵ ਹਿਰਦੇ ਅੰਤਰ ਵੀ ਅਤੇ ਨਭ ਭਾਵ ਦਸਮ ਦੁਆਰ ਅੰਤਰ ਵੀ ਜੋਤੀ ਸਰੂਪ ਦਾ ਇੱਕੋ ਜੋਤ ਪਸਾਰਾ ਪਸਰਜਤ ਰਹਿੰਦਾ ਹੈ। ਇਹ ਅਬ ਅੰਤਰੀ ਜੋਤ ਪ੍ਰਕਾਸ਼ ਗੁਰਪ੍ਰਸਾਦ ਕਰ ਪ੍ਰਾਪਤ ਹੋਏ ਧਰਨੀ ਧਰਮ ਮੰਤਰ ਭਾਵ ਵਾਹਿਗੁਰੂ ਮੰਤਰ ਦੁਆਰਾ ਹੀ ਪ੍ਰਕਾਸ਼ਿਤ ਹੁੰਦਾ ਹੈ। ਵਰਨਾ ਇਸ ਧਰਨੀ ਧਰਮ ਮੰਤਰ ਦਾ ਹੋਰ ਕਿਸੇ ਵਿਦ ਵੀ ਕਿਸੇ ਆਨਮਤ ਮਤਾਏ ਉਪਾਵ ਦੁਆਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਕੇਵਲ ਗੁਰਮੰਤਰ ਗੁਰਪ੍ਰਸਾਦੀ ਪ੍ਰਾਪਤ ਹੋਏ ਦ੍ਰਿੜੰਤ ਹੋਏ ਗੁਰਮੰਤਰ ਦੁਆਰਾ ਹੀ ਇਹ ਕ੍ਰਿਸ਼ਮ ਕਲਾ ਵਰਤੀਂਦੀ ਹੈ। ਇਸ ਅਬ ਅੰਤਰੀ ਕ੍ਰਿਸ਼ਮ ਕਲਾ ਦੇ ਭਾਂਤ ਭਾਂਤੀ ਅਸਰਜ ਕੌਤਕੀ ਤਜਰਬੇ ਹੁੰਦੇ ਹਨ। ਘੱਟ ਅੰਤਰ ਹੀ ਇੱਕ ਅਦਭੁਤ ਖੁਸ਼ਬੋਈ ਵਾਲਾ ਕੁਦਰਤ ਕਸਤੂਰੀਆ ਨਾਫਾ ਮਹਿਕ ਉੱਠਦਾ ਹੈ ਅਤੇ ਸਦ ਬਸੰਤੀ ਕਦਲੀਆਂ ਫੁੱਲ ਖਿੜ ਆਉਂਦਾ ਹੈ ਅਤੇ ਅੰਦਰੋਂ ਹੀ ਅਜਗੈਬੀ ਪਰਮ ਮਹਿਕਾਂ ਵਾਲੀ ਧੂਪ ਧੁੱਖ ਉੱਠਦੀ ਹੈ। ਪੰਚਾਮ੍ਰਿਤੀ ਭਾਵ ਕੜਾ ਪ੍ਰਸ਼ਾਦ ਦੀ ਸੁਗੰਧ ਜਿਹੀ ਸੁਗੰਧ ਦੀ ਅਲੌਕਿਕਤਾ ਸੁਗੰਧ ਦੀ ਅਲੌਕਿਕਤਾ ਮਗਜ ਨੂੰ ਮਗਨ ਕਰ ਕਰ ਦਿਲ ਦਿਮਾਗ ਦੇ ਕੁਲਾਬੇ ਮਿਲਦੀ ਜਾਂਦੀ ਹੈ। ਜੋ ਦਸਮ ਦੁਆਰ ਦੇ ਖੁੱਲਣ ਤੋਂ ਪਹਿਲਾਂ ਵੀ ਆਪਣਾ ਮੁਸ਼ਕ ਮੋਤਰੀ ਰਮਕਾ ਦਿਖਾ ਜਾਇਆ ਕਰਦੀ ਹੈ। ਗੁਰਬਾਣੀ ਦਾ ਅਖੰਡ ਜਾਪ ਅਭਿਆਸ ਵੀ ਇਹ ਰੁਮਕੇ ਰਮਕਾਉਣ ਨੂੰ ਚੁੰਬਕ ਕਲਾ ਵਰਤਾ ਦਿੰਦਾ ਹੈ ਅਤੇ ਰਸ ਜੋਤ ਜਲਵੰਨੀਆਂ ਪ੍ਰਕਾਸ਼ ਜਲਵਾਗਰ ਹੋ ਜਾਂਦਾ ਹੈ। ਇਸ ਵਿਦ ਮਗਨ ਆਨੰਦੀ ਆਤਮਾ ਦਾ ਅਬ ਅੰਤਰ ਹੀ ਪਰਮਾਤਮਾ ਦੀ ਰਜ ਪੰਕਜ ਵਿੱਚ ਨਿਵਾਸ ਹੋ ਜਾਂਦਾ ਹੈ ਅਰਥਾਤ ਚਰਨ ਕਮਲਾਂ ਦੀ ਮੋਜ ਵਿੱਚ ਸਹਿਜ ਸਮਾਵਣਾ ਹੋਏ ਆਵੰਦਾ ਹੈ। ਹਿਰਦੇ ਅੰਦਰ ਸਵਾਸ ਅਭਿਆਸੀ ਗੁਰਮੰਤਰ ਦਾ ਖੰਡਾ ਖਿਨ ਖਿਨ ਖੜਕਦੇ ਰਹਿਣ ਕਰ ਨਾਭੀ ਅੰਦਰ ਅਨਾਹਦ ਚੱਕਰੀ ਜੋਤ ਕਿਰਨਾ ਦਲ ਕਮਲ ਟਹਿਕ ਆਉਂਦਾ ਹੈ। ਇਹ ਸ੍ਰੀ ਕਮਲਾ ਕੰਤ ਭਾਵ ਵਾਹਿਗੁਰੂ ਦੇ ਪੌੜਨ ਭਾਵ ਬਹੁੜਨ ਬੁੱਠਣ ਦੀ ਪੱਕੀ ਨਿਸ਼ਾਨੀ ਹੁੰਦੀ ਹੈ। ਅਰਧ ਉਰਧ ਅਭਿਆਸੀ ਨਾਮ ਖੰਡਾ ਖੜਕਾਉਣ ਵਾਲੇ ਦੁਆਦਸ਼ ਦਲ ਕਮਲ ਪ੍ਰਗਾਸੀ ਗੁਰਮੁਖ ਜਨ ਦੇ ਅੰਦਰ ਬਾਹਰ ਹੇਠਾਂ ਉੱਤੇ ਆਲੇ ਦੁਆਲੇ ਚਾਰ ਚੁਫੇਰੇ ਜੋਤ ਪ੍ਰਕਾਸ਼ੀ ਆਕਾਸ਼ ਉਘਾੜ ਹੀ ਸਨਮੁਖ ਹੋਏ ਆਵੰਦਾ ਹੈ ਅਤੇ ਉਸ ਸਮਾਧ ਸਥਿਤੀ ਨਿਵਾਸ ਜੋਤ ਜਗਮਗੀ ਪ੍ਰਕਾਸ਼ ਵਾਲੇ ਸੁਨ ਮੰਡਲ ਵਿਖੇ ਹੀ ਹੁੰਦਾ ਹੈ ਜਿਸ ਸੁਨ ਮੰਡਲ ਵਿੱਚ ਗੁਰਮਤ ਮਾਰਗੀ ਗੁਰਮੁਖ ਜਨ ਪੁੱਗ ਖਲਾਉਂਦੇ ਹਨ। ਇਹ ਮੰਡਲ ਸੰਕਲਪਾਂ ਵਿਕਲਪਾਂ ਫੁਰਨਿਆਂ ਕੁਫੁਰਨਿਆਂ ਦੀ ਵਾਸ਼ਨਾ ਤੋਂ ਨਿਰਵਾਸ ਅਤੇ ਸੁੰਨ ਹੁੰਦਾ ਹੈ। ਇਸੇ ਕਰਕੇ ਇਸ ਮੰਡਲ ਨੂੰ ਸੁੰਨ ਮੰਡਲ ਦਾ ਨਾਂ ਦਿੱਤਾ ਗਿਆ ਹੈ। ਪਰ ਇਸ ਸੁੰਨ ਮੰਡਲ ਅੰਦਰ ਜੋਤ ਪ੍ਰਕਾਸ਼ੀ ਉਜਿਆਰੇ ਦਾ ਜਗ ਜੀਵਨੀ ਜਗਮਗ ਚਾਨਣਾ ਹੀ ਚਾਨਣਾ ਹੁੰਦਾ ਹੈ। ਇਹ ਚਾਨਣ ਕੋਟ ਸੂਰਜਾਂ ਦੇ ਉਜਿਆਰੇ ਤੋਂ ਵਧੀਕ ਉਜਿਆਰੇ ਵਾਲਾ ਚਾਨਣਾ ਹੁੰਦਾ ਹੈ। ਇਸ ਕੋਟ ਭਾਨ ਉਜਾਰੇ ਨੂੰ ਮਾਤ ਕਰਨ ਵਾਲੇ ਪ੍ਰਕਾਸ਼ ਲਿਵ ਆਕਾਸ਼ੀ ਮੰਡਲ ਭਾਵ ਸੁਨ ਮੰਡਲ ਅੰਦਰ ਨਾ ਕੋਈ ਸੂਰਜ ਨਾ ਚੰਦ ਉਦੈ ਅਸਤ ਹੁੰਦਾ ਹੈ। ਉੱਥੇ ਕੇਵਲ ਆਦ ਨਿਰੰਜਨ ਹੀ ਆਨੰਦ ਮਾਣਦਾ ਹੈ ਤੇ ਉੱਥੇ ਉਸੇ ਦੀ ਜੋਤ ਦਾ ਪ੍ਰਕਾਸ਼ ਹੈ। ਇਹ ਆਨੰਦ ਮਹਾਮੰਡਲੀ ਸੁਨ ਮੰਡਲਾਂ ਵਾਲਾ ਆਦ ਨਿਰੰਜਨ ਸਾਰੇ ਬ੍ਰਹਿਮੰਡਾਂ ਤੇ ਘੱਟ ਘਟੀ ਸਮੂਹ ਸਰੀਰ ਪਿੰਡਾਂ ਵਿੱਚ ਨਭ ਨਾਭ ਵਿੱਚ ਇੱਕ ਸਾਰ ਹੀ ਰਮ ਰਿਹਾ ਹੈ। ਪਰੰਤੂ ਗੁਰਮੰਤਰ ਗਾਰੜੂ ਗੁਰਮੁਖ ਜਨਾਂ ਨੂੰ ਦਿਬ ਦੀਦ ਭਾਵ ਦਿਬ ਨਿਗਾਹ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ। ਹੋਰ ਇਸ ਪਾਸੋਂ ਨਹੀਂ ਲਿਖਿਆ ਜਾਂਦਾ। ਅਜਿਹੇ ਜੋਤ ਪ੍ਰਕਾਸ਼ ਦੇ ਦਿਬ ਲਤੀਫੀ ਅਮਿਓ ਚਾਨਣੇ ਮਈ ਅੰਤਰ ਬਾਹਰੀ ਅੰਮ੍ਰਿਤ ਮਾਨ ਸਰੋਵਰ ਵਿੱਚ ਇਸ਼ਨਾਨ ਕਰਨ ਹਾਰੇ
ਗੁਰਮੁਖ ਹੰਸਲੇ ਜਨ ਇਸ ਸੁਧਾ ਸਰੋਵਰੀ ਮਾਨ ਸਰੋਵਰ ਵਿੱਚ ਸਦਾ ਹੀ ਲਿਵਤਾਰੀਆਂ ਲਾਉਂਦੇ ਰਹਿੰਦੇ ਹਨ। ਨਾਮ ਨਾਮੀ ਅਭੇਦ ਭਾਵ ਸੋਈ ਵਾਹਿਗੁਰੂ ਨਾਮੀ ਸੋਈ ਵਾਹਿਗੁਰੂ ਨਾਮ ਮਈ ਸੋ ਹੰਸੋ ਜਾਪ ਜਿਸਦਾ ਹੈ ਤਿਸ ਨੂੰ ਪਾਪ ਪੁੰਨ ਦਾ ਲੇਪ ਛੇਪ ਨਹੀਂ। ਸੋ ਹੰਸੋ ਦਾ ਭਾਵ ਸੋਈ ਸੋ ਕੇਵਲ ਨਾਮ ਨਾਮੀ ਅਭੇਦ ਵਾਹਿਗੁਰੂ ਹੀ ਵਾਹਿਗੁਰੂ ਭਾਵ ਵਾਹਿਗੁਰੂ ਮੰਤਰ ਹੈ ਅਰਥਾਤ ਵਾਹਿਗੁਰੂ ਕੇਵਲ ਵਾਹਿਗੁਰੂ ਮੰਤਰ ਦਾ ਜਾਪ ਅਭਿਆਸ ਹੀ ਗੁਰਮਤ ਅੰਦਰ ਵਿਧਾਨ ਹੈ। ਸੋ ਹੰਸੋ ਦੇ ਅੱਖਰਾਂ ਵਾਲੇ ਜਾਪ ਤੋਂ ਮੁਰਾਦ ਨਹੀਂ। ਉੱਥੇ ਵਰਣ ਅਵਰਣੀ ਘਾਮ ਛਾਮ ਭਾਵ ਰੰਗਾਂ ਰੰਗੀ ਧੁੱਪ ਛਾਂ ਦੀ ਗਮਤਾ ਨਹੀਂ। ਕੇਵਲ ਗੁਰੂ ਵਾਹਿਗੁਰੂ ਦਾ ਜੋਤ ਪਰਤਵੀ ਸ਼ਾਮ ਛਾਇਆ ਹੀ ਚਾਰ ਚੁਫੇਰੇ ਆਦਿ ਜੁਗਾਦੀ ਸਫੀਅਤ ਭਾਵ ਨਿਰਮਲਤਾ ਵਾਲੀ ਸ਼ਕਲ ਅੰਦਰ ਪ੍ਰਤੀਬਿੰਬਤ ਹੈ। ਗੁਰੂ ਵਾਹਿਗੁਰੂ ਦੇ ਮਰਤਬੇ ਸੰਸਰ ਹੋਰ ਕੋਈ ਨਹੀਂ ਪੁੱਜ ਸਕਦਾ। ਬਸ ਵੱਡੀ ਹੂ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਵਾਲੇ ਗੁਰਵਾਖ ਭਾਵ ਵਾਲੀ ਘਟਨਾ ਹੀ ਉੱਥੇ ਘਟਦੀ ਹੈ। ਜਿਸ ਵੱਡ ਭਾਗੇ ਗੁਰਮੁਖ ਜਨ ਦੀ ਇਸ ਜੋਤ ਤੇਜਸਵੀ ਸੁਨ ਮੰਡਲ ਵਿੱਚ ਲਿਵਡੋਰੀ ਲੱਗ ਗਈ ਹੈ ਉਹ ਫਿਰ ਟਾਲੀ ਨਹੀਂ ਟਲਦੀ ਨਾ ਹੀ ਉਹ ਗੁਰਮੁਖ ਜਨ ਆਵਣ ਜਾਣ ਦੇ ਗੇੜ 84 ਵਿੱਚ ਪੈਂਦਾ ਹੈ। ਉਹ ਤਾਂ ਅਬਦ ਭਾਵ ਸਦੀਵ ਕਾਲ ਤੱਕ ਸਹਿਜ ਆਨੰਦੀ ਅਨਹਦ ਸੁਨ ਵਿੱਚ ਹੀ ਸਮਾਇਆ ਰਹਿੰਦਾ ਹੈ। ਇਸ ਪਰਮ ਆਨੰਦਨੀ ਸੁਨ ਸਮਾਧ ਮਾਨਣ ਹਾਰੇ ਅੰਦਰ ਮੁਖੀ ਲਿਵ ਮਗਨ ਗੁਰਮੁਖ ਜਨ ਨੂੰ ਕਾਦਰੀ ਕੁਦਰਤ ਭਾਵ ਦੁਨਿਆਵੀ ਹੁੰਮਸ ਧੁੰਮਸ ਅੰਦਰ ਕੇਵਲ ਅਨਹਦ ਸ਼ਬਦ ਦੀ ਝਨਕਾਰ ਹੀ ਸੁਣਾਈ ਦਿੰਦੀ ਹੈ। ਜੋਤੀ ਸਰੂਪ ਦੀ ਇਹ ਪ੍ਰਕਾਸ਼ ਅੰਸ਼ ਸੁਨ ਮੰਡਲਾਂ ਵਾਲੀ ਜੋਤ ਘੱਟ ਅੰਤਰ ਕੇਵਲ ਗੁਰਮੰਤਰ ਦੁਆਰਾ ਹੀ ਅਸਥਿਰ ਕੀਤੀ ਜਾ ਸਕਦੀ ਹੈ ਅਤੇ ਕੇਵਲ ਤਿਸੇ ਗੁਰਮੰਤਰ ਰਿਧ ਜੋਤ ਅਸਥਿਰੀ ਪ੍ਰਾਣੀ ਦਾ ਹੀ ਇਸ ਭਵਜਲ ਤੋਂ ਨਿਸਤਾਰਾ ਹੁੰਦਾ ਹੈ। ਪੂਰੇ ਸੂਰੇ ਸੱਚੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਹੀ ਇਹ ਤੌਫੀਕ ਹੈ ਕਿ ਇੱਥੇ ਹੀ ਅਗਾਧ ਤੇ ਅਗੰਮੀ ਪਰਮਾਰਥੀ ਖੇਡਾਂ ਖੇਡਾਉਣ ਅਤੇ ਪ੍ਰਤੱਖ ਵਰਤਾਉਣ ਨੂੰ ਮੁਅਜਜ਼ਾਨੀ ਸਮਰੱਥਾ ਕਿਸੇ ਪ੍ਰਾਣੀ ਨੂੰ ਪ੍ਰਾਪਤ ਹੋ ਸਕਦੀ ਹੈ। ਗੁਰਪ੍ਰਸਾਦ ਕਰ ਨਗਰਾਈਆਂ ਵਰੁਸਾਈਆਂ ਗੁਰਮੰਤਰ ਰੂਪੀ ਅਮੋਲ ਦਾਤਾਂ ਬਖਸ਼ਿਸ਼ਾਂ ਜਿਸ ਪ੍ਰਾਣੀ ਦੇ ਵਿਰਸੇ ਵਿੱਚ ਆਈਆਂ ਹਨ ਜਿਸ ਕਿਸੇ ਵਡਭਾਗੇ ਪ੍ਰਾਣੀ ਨੇ ਗੁਰੂ ਘਰ ਤੋਂ ਭਾਵ ਗੁਰੂ ਦੁਆਰਿਓਂ ਇਹ ਮੋਲ ਅਮੋਲਾ ਗੁਰਮੰਤਰ ਭਾਵ ਗੁਰਮਤ ਨਾਮ ਰੂਪੀ ਮਾਣਕ ਪਾਇਆ ਹੈ ਉਹਨਾਂ ਦੀ ਬਾਹਰ ਦੀ ਢੂੰਡ ਮੁੱਕ ਗਈ ਹੈ। ਉਹਨਾਂ ਦੀ ਆਨਮਤਾ ਵਿਖੇ ਤੱਤ ਪਰਮਾਰਥ ਨੂੰ ਢੂੰਡਣ ਦੀ ਭਰਮਣਾ ਛੁੱਟ ਗਈ ਹੈ। ਉਹ ਅਕਾਲ ਪੁਰਖ ਨੂੰ ਬਾਹਰੋਂ ਢੂੰਡਣੋਂ ਛੁੱਟ ਗਏ ਹਨ। ਉਹਨਾਂ ਨੂੰ ਸਤਿਗੁਰੂ ਨੇ ਘੱਟ ਅੰਤਰ ਹੀ ਵਾਹਿਗੁਰੂ ਦਾ ਦਰਸ਼ਨ ਕਰਾ ਦਿੱਤਾ ਹੈ। ਉਹ ਵਾਹਿਗੁਰੂ ਦਾ ਅਨੁਭਵ ਅਚਰਜ ਰੂਪ ਵੇਖ ਕੇ ਬਿਸਮਾਦ ਹੋ ਗਏ ਹਨ। ਇਸ ਬਿਸਮਾਦ ਅਚਰਜ ਸਰੂਪ ਦਾ ਅੰਤਰਗਤ ਭਾਵ ਅਬ ਅੰਤਰੀ ਦਰਸ਼ਨ ਕਰਨੇ ਹਾਰੇ ਬਸ ਇਸ ਦਰਸ਼ਨ ਗੋਚਰੇ ਹੀ ਰਹਿ ਗਏ। ਉਹਨਾਂ ਦੀ ਅੰਤਰ ਬਿਰਤੀ ਇਸ ਅੰਤਰਮੁਖੀ ਦਰਸ਼ਨਾਂ ਨੂੰ ਘੱਟ ਅੰਤਰ ਵੱਜ ਰਹੀ ਵਿਸਮ ਆਨੰਦੀ ਮੌਜ ਨੂੰ ਛੱਡ ਕੇ ਇਸ ਆਨੰਦੀ ਆਨੰਦ ਨੂੰ ਬਾਹਰ ਢੂੰਡਣ ਦੀ ਹਵਸ ਕਦੋਂ ਕਰ ਸਕਦੀ ਹੈ ਕਿਉਂਕਿ ਉਹਨਾਂ ਨੇ ਘੱਟ ਅੰਤਰ ਹੀ ਸਾਕਸ਼ਾਤ ਅਨੁਭਵ ਅਚਰਜ ਰੂਪ ਵਾਹਿਗੁਰੂ ਨੂੰ ਪ੍ਰਤੱਖ ਵੇਖ ਲਿਆ ਹੈ। ਸਤਿਗੁਰੂ ਰੂਪ ਸੱਚੇ ਸਾਧੂ ਨੂੰ ਮਿਲ ਕੇ ਗੁਰਮੁਖ ਜਨਾਂ ਨੇ ਨਾ ਸਿਰਫ ਅਦ੍ਰਿਸ਼ਟ ਅਗੋਚਰ ਪਾਰਬ੍ਰਹਮ ਪਰਮੇਸ਼ਰ ਨੂੰ ਪਾ ਲਿਆ ਤੇ ਘੱਟ ਅੰਤਰ ਪ੍ਰਗਟਾ ਲਿਆ ਹੈ ਬਲਕਿ ਉਹਨਾਂ ਨੂੰ ਇਹ ਗਹਿਣ ਗਤ ਭਾਵ ਪਰੋਖੋਂ ਵੀ ਪ੍ਰਾਪਤ ਹੋ ਗਈ ਹੈ ਕਿ ਉਹ ਅਗਮ ਅਗੋਚਰ ਅਲੱਖ ਅਤੇ ਅਕਥ ਜੋਤੀ ਸਰੂਪ ਨੂੰ ਅੰਤਰਗਤ ਲੱਖ ਕੇ ਲਖਾ ਅਤੇ ਅਕਥ ਕਥਾ ਵੀ ਸਕਦੇ ਹਨ। ਇਹ ਕੌਤਕ ਕਟਾਕਸ਼ੀ ਕ੍ਰਿਸ਼ਮਾ ਜੋ ਉਹਨਾਂ ਦੇ ਹੱਡ ਵਰਤਿਆ ਹੈ ਉਸ ਦੇ ਅਮਲ ਸਰੂਰ ਵਿੱਚ ਉਹ ਆ ਮੁਹਾਰੇ ਪੁਕਾਰਦੇ ਹਨ ਕਿ ਸਾਡੇ ਉੱਤੇ ਇਹ ਕੌਤਕ ਪ੍ਰਤੱਖ ਵਰਤੇ ਹਨ। ਉਹਨਾਂ ਦੇ ਦਸਮ ਦੁਆਰੜੇ ਅਨਹਦ ਸ਼ਬਦ ਆਣ ਵੱਜੇ ਹਨ। ਉਹਨਾਂ ਦੇ ਦਸਮ ਦੁਆਰ ਅੰਦਰ ਅੰਮ੍ਰਿਤ ਨਾਮ ਦੀ ਨਿਚਰ ਧਾਰ ਚੋਣ ਲੱਗ ਪਈ ਹੈ ਜਿਸ ਤੋਂ ਸੰਤੁਸ਼ਟਤਾ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ। ਉਹਨਾਂ ਦੀ ਸਗਲੀ ਤ੍ਰਿਸ਼ਨਾ ਬੁੱਝ ਗਈ ਹੈ। ਉਹਨਾਂ ਨੂੰ ਅਖੁੱਟ ਭੰਡਾਰ ਦੀ ਦਾਤ ਅਨੂਪਮੀ ਮਿਲ ਗਈ ਹੈ। ਅੰਮ੍ਰਿਤ ਦੇ ਸੋਮੇ ਮਈ ਅਖੁੱਟ ਭੰਡਾਰ ਉਹਨਾਂ ਦੇ ਅੰਦਰ ਸਮਾ ਗਿਆ ਹੈ। ਉਹਨਾਂ ਨੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਗੁਰਵਾਖ ਦੇ ਭਾਵ ਵਾਲੇ ਚਰਨ ਕਵਲ ਅਜਿਹੇ ਚ ਭੀੜ ਲਾ ਕੇ ਸੇਵੇ ਹਨ
के सच्ची टकसाल विखे अकड़ नू कड़ के सच्चा अमृत रस घट अंतर ही भरपुर लीन लिया है। ਉਹ ਇਉਂ ਲਿਵਲੀਨ ਹੋ ਕੇ ਸਹਿਜ ਪਦ ਵਿਖੇ ਜਾ ਖੇਡੇ ਹਨ। ਉਹਨਾਂ ਦੇ ਸਤਿਗੁਰੂ ਨੇ ਭਰਮ ਭੀਤੀ ਕਪਾਟ ਭਾਵ ਕਵਾੜ ਖੋਲ ਦਿੱਤੇ ਹਨ ਅਤੇ ਹਰ ਮਹਿਲੀ ਮਹਿਲ ਦੀ ਉਹਨਾਂ ਨੂੰ ਪ੍ਰਤੱਖ ਦਰਸ਼ਨ ਮਿਲਾਪ ਪ੍ਰਾਪਤੀ ਹੋ ਜਾਂਦੀ ਹੈ। ਯਥਾ ਗੁਰਵਾਕ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਅਨੁਭਵ ਅਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨਾ ਕਤਹੂ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਰਹਾਉ ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵਜਿਓ ਤਹ ਅੰਮ੍ਰਿਤ ਨਾਮ ਚੁਆਇਆ ਥਾ ਤੋਟ ਨਾਹੀ ਮਨ ਤ੍ਰਿਸ਼ਨਾ ਬੂਝੀ ਅਖੁੱਟ ਭੰਡਾਰ ਸਮਾਇਆ ਥਾ ਚਰਨ 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 ਗੁਰ ਸੇਵੇ ਅਕੜ ਘੜਿਓ ਰਸ ਪਾਇਆ ਥਾ ਸਹਿਜੇ ਆਵਾ ਸਹਿਜੇ ਜਾਵਾ ਸਹਿਜੇ ਮਨ ਖੇਲ ਆਇਆ ਥਾ ਕਹੋ ਨਾਨਕ ਭਰਮ ਗੁਰ ਖੋਇਆ ਤਾਂ ਹਰ ਮਹਿਲੀ ਮਹਿਲ ਪਾਇਆ ਥਾ ਇਸ ਵਿਧ ਜਿਨ੍ਹਾਂ ਦਾ ਭਰਮ ਸਤਿਗੁਰ ਨੇ ਖੋ ਦਿੱਤਾ ਹੈ ਤਿੰਨਾਂ ਨੂੰ ਹੀ ਦਸਮ ਦੁਆਰੀ ਹਰ ਮਹਿਲੀ ਮਹਿਲ ਵਾਲੀ ਖੇਡ ਦੀ ਪ੍ਰਤੀਤ ਆਉਂਦੀ ਹੈ ਪਰੰਤੂ ਜੋ ਸਤਿਗੁਰ ਬਾਣੀ ਅਤੇ ਗੁਰਵਾਕਾਂ ਦੇ ਅਨਿੰਨ ਸ਼ਰਧਾਲੂ ਸਚਿਆਰ ਸਿੱਖ ਹਨ ਉਹਨਾਂ ਨੇ ਚਾਹੇ ਇਸ ਖੇਡ ਨੂੰ ਅਜੇ ਪ੍ਰਤੱਖ ਨਾ ਵੀ ਕੀਤਾ ਹੋਵੇ ਉਹ ਅਨਹਦ ਸ਼ਬਦ ਦੀ ਸੱਚਾਈ ਤੋਂ ਮੁਨਕਰ ਨਹੀਂ ਹੋ ਸਕਦੇ ਬਲਕਿ ਇਸ ਗੁਰਵਾਕ ਦੀ ਸਿਧਾਂਤ ਸੱਚਾਈ ਤੋਂ ਸ਼ਰਧਾਵੰਤ ਹੋ ਕੇ ਨਾਮ ਅਤੇ ਨਾਮ ਦੀ ਅਤੁੱਟ ਕਮਾਈਆਂ ਜ਼ੋਰੋ ਜ਼ੋਰ ਕਰਨ ਡਹਿ ਪੈਂਦੇ ਹਨ ਅਤੇ ਇੱਕ ਦਿਨ ਇਸ ਅਗੰਮੀ ਖੇਡ ਨੂੰ ਪ੍ਰਤੱਖ ਹੀ ਕਰ ਲੈਂਦੇ ਹਨ ਫਿਰ ਤਾਂ ਉਹਨਾਂ ਦੀ ਦਸ਼ਾ ਅੰਦਿਨ ਹੀ ਇਸ ਅਗਲੇ ਗੁਰਵਾਕ ਦੇ ਭਾਵ ਅਨੁਸਾਰ ਹੋ ਜਾਂਦੀ ਹੈ ਖੱਟ ਮੱਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਧੁਨ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਣਾ ਗੁਰਬਚਨੀ ਸੱਚ ਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮੇਠਾ ਲਾਗੈ ਹਰ ਹਰ ਨਾਮ ਸਮਾਈਐ ਰਹਾਓ ਅਨਹਦ ਸ਼ਬਦ ਵਜੈ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ ਤਉ ਜਾਨੀ ਜਾ ਸ਼ਬਦ ਪਛਾਨੀ ਏਕੋ ਰਵ ਰਹਿਆ ਨਿਰਵਾਨੀ ਸੁਨ ਸਮਾਧ ਸਹਿਜ ਮਨ ਰਾਤਾ ਤਜ ਹੋ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ ਇਹ ਦੇਹੀ ਰੂਪੀ ਖਟੋਲੀ ਹੀ ਹੈ ਜਿਸ ਵਿਚ ਬੈਠ ਕੇ ਗੁਰਮੁਖ ਜਗਿਆਸੂ ਦਾ ਦਰਸ ਬੈਰਾਗੀ ਜਿਹੜਾ ਸਵਾਸ ਅਭਿਆਸੀ ਨਾਮ ਦੀ ਪੀਂਘ ਪਾ ਕੇ ਝੂਟੇ ਲੈਂਦਾ ਹੈ ਇਹ ਦੇਹ ਰੂਪੀ ਘੱਟ ਗੁਫਾ ਹੀ ਹੈ ਜਿਸ ਵਿਚ ਅਸਥਿਤ ਹੋ ਕੇ ਪਰਮਾਤਮ ਮਿਲਾਪ ਰਤਾ ਸੁਰਤਾ ਆਤਮਾ ਸੁਰਤ ਸ਼ਬਦ ਦੇ ਲਿਵਤਾਰ ਸਮਾਧੀ ਲਗਾਉਂਦਾ ਹੈ ਗੁਰਮਤ ਨਾਮ ਦੀ ਲਿਵ ਡੋਰੀ ਦੁਆਰਾ ਸੁਰਤ ਸ਼ਬਦ ਦੀ ਰਸ ਜੋਤ ਰੁਣ ਚੁਣੀ ਧੁਨੀ ਅੰਦਰ ਜਾਗ ਉੱਠਦੀ ਹੈ ਅਤੇ ਅਨਹਦ ਸ਼ਬਦ ਦੀ ਐਸੀ ਉਨਮਨੀ ਚੁਨਕਾਰ ਗੁੰਜਾਰ ਪੈਂਦੀ ਹੈ ਕਿ ਸ਼ਬਦ ਸੁਰਤੀਸ਼ਰ ਮਨੁਆ ਅਖੰਡ ਅਨੰਦਾਕਾਰ ਸਮਾਧੀ ਵਿਚ ਲੀਨ ਹੋ ਜਾਂਦਾ ਹੈ ਇਸ ਵਿਧ ਗੁਰਬਚਨਾਂਤ ਕਲਾ ਕ੍ਰਿਸ਼ਨ ਤੱਤ ਸੱਚਾਈ ਪ੍ਰਗਟ ਪਹਾਰੇ ਆਸ਼ਕਾਰ ਹੋਏ ਆਉਂਦੀ ਹੈ ਅੰਮ੍ਰਿਤ ਨਾਮ ਦੀ ਅਮਿਤ ਰਸਾਇਣਤਾ ਮਈ ਪਾਰਸ ਕਲਾ ਉੱਤੇ ਹੋਰ ਵੀ ਤੱਤ ਨਿਸ਼ਚਿਤੀ ਭਰੋਸਾ ਵੱਧ ਜਾਂਦਾ ਹੈ ਤੇ ਜ਼ੋਰੋ ਜ਼ੋਰ ਹੋਰ ਵਧੇਰੇ ਨਾਮ ਅਭਿਆਸ ਦਾ ਉਤਸ਼ਾਹ ਮਈ ਉਮਾਹਾ ਉੱਠਦਾ ਹੈ ਇਉਂ ਸੱਚੀ ਗੁਰਮਤਿ ਭਗਤੀ ਦਾ ਸੱਚਾ ਸੁਖ ਪ੍ਰਾਪਤ ਹੁੰਦਾ ਹੈ ਬਸ ਕੇਵਲ ਗੁਰਦੀਖਿਆ ਦੁਆਰਾ ਦ੍ਰਿੜ ਹੋਇਆ ਅਤੇ ਅਭਿਆਸ ਕਮਾਈ ਕਰ ਰਸ ਜੋਤ ਵਿਗਸੋਇਆ ਨਾਮ ਅਚਰਜ ਅੰਮ੍ਰਿਤਾ ਸਵਾਦ ਭਿੰਗੜੀ ਮਿਠਾਸ ਵਾਲਾ ਹੋ ਕੇ ਪੁੰਗਰਦਾ ਹੈ ਇਸ ਮਿਠਾਸ ਦਾ ਅਗਾਧ ਅੰਮ੍ਰਿਤਾ ਸਵਾਦ ਹੀ ਹੈ ਜੋ ਸੁਰਤੇ ਅਭਿਆਸੀ ਦੀ ਬਿਰਤੀ ਨੂੰ ਬਿਸਮਾਦ ਵਿਚ ਲੀਨ ਕਰ ਦਿੰਦਾ ਹੈ ਇੱਥੇ ਪੁੱਜ ਕੇ ਅਭਿਆਸੀ ਜਨ ਦੀ ਨਾਮ ਵਿਚ ਸਮਾਈ ਹੋ ਜਾਂਦੀ ਹੈ ਨਾਮ ਦੀ ਇਸ ਅਵਸਥਾ ਵਾਲੀ ਸਮਾਈ ਨਾਮੀ ਜੋਤੀ ਸਰੂਪ ਦੀ ਸਾਕਸ਼ਾਤਕਾਰ ਲਖਤਾ ਹੈ ਜੋ ਨਾਮ ਨਾਮੀ ਅਭੇਦਤਾ ਦਾ ਚਲਤ ਚੋ ਜਾਂਦੀ ਹੈ ਇਸ ਵਿਵਸਥਾ ਤੇ ਪੁੱਗ ਖਲੋਇੜੇ ਸੁੱਤੇ ਸਹਿਜ ਹੀ ਇਸ ਅਵਸਥਾ ਤੇ ਪੁੱਗ ਖਲੋਇੜੇ ਸੁੱਤੇ ਸਹਿਜ ਹੀ ਗੁਰਮੁਖ ਅਭਿਆਸੀ ਜਨ ਨੂੰ ਨਿਜ ਦਸਮ ਦੁਆਰ ਅਟਾਰੜਿਓ ਦਿਨ ਰਾਤੀ ਲਗਾਤਾਰ
ਅਨਹਦ ਸ਼ਬਦ ਵੱਜਦਾ ਸੁਣਾਈ ਦਿੰਦਾ ਰਹਿੰਦਾ ਹੈ। ਇਸ ਵਿਧ ਅਮਿਤ ਗਤੀ ਵਾਲੇ ਵਾਹਿਗੁਰੂ ਦੀ ਤਤ ਗਤ ਮਿਤ ਕੇਵਲ ਗੁਰਮੁਖ ਜਿਨ੍ਹਾਂ ਨੇ ਹੀ ਜਾਣੀ ਹੈ ਤਾਂ ਜਾਣੀ ਹੈ, ਜਾਂ ਗੁਰਮਤ ਨਾਮ ਦੀ ਅਭਿਆਸ ਜੁਗਤੀ ਦੀ ਰਮਜ਼ ਉਹਨਾਂ ਨੇ ਪਛਾਣੀ ਹੈ, ਜਿਸ ਕਰਕੇ ਗੁਰ ਉਪਦੇਸ਼ ਭਾਵ ਗੁਰ ਦੇਖਿਆ ਦੁਆਰਾ ਉਹਨਾਂ ਦੇ ਅੰਦਰ ਅੰਦਰ ਇੱਕੋ ਨਿਰਮਾਣ ਭਾਵ ਮਾਇਆ ਤੋਂ ਉੱਚਾ ਪੁਰਖ ਅਕਾਲ ਹੀ ਰਵ ਰਿਹਾ ਹੁੰਦਾ ਹੈ। ਇਸ ਹਾਲਤ ਵਿੱਚ ਅਭਿਆਸੀ ਜਨ ਨਿਰਸੰਸਕਾਰ ਨਿਰਵਿਕਲਪਾਕਾਰ ਅਫੁਰ ਭਾਵ ਫੁਰਨਿਆਂ ਤੋਂ ਸੁੰਨ ਸੁੰਨ ਸਮਾਧੀ ਵਾਲੀ ਸਹਿਜ ਅਵਸਥਾ ਅੰਦਰ ਸੁਤੇ ਸਹਿਜ ਹੀ ਰਤੇ ਮਗਨਤੇ ਰਹਿੰਦੇ ਹਨ। ਇੱਥੇ ਹਉਮੈ ਦੀ ਕਾਈ ਅਤੇ ਲੋਭ ਲਾਲਸਾ ਦੀ ਵਾਸ਼ਨਾ ਦੀ ਰਾਈ ਵੀ ਨਹੀਂ ਰਹਿੰਦੀ। ਬਸ ਧਿਆਤਾ ਧਿਆਨ ਧੇ ਦੀ ਇੱਕ ਮਿਕਤਾ ਤੇ ਨਾਮ ਨਾਮੀ ਦੀ ਅਭੇਦਤਾ ਦੀ ਅਪਰੋਕਸ਼ ਲਖਤਾ ਇਉਂ ਹੀ ਹੁੰਦੀ ਹੈ। ਸ਼ਬਦ ਗੁਰੂ ਤੇ ਸੁਰਤ ਧੁਨ ਚੇਲੇ ਮਈ ਗੁਰਚੇਲੇ ਦੀ ਘੁਲ ਮਿਲ ਖਿੱਚ ਸੁਭਿਜਤਾ ਅਰਿਚਤਾ ਵੀ ਇੱਥੇ ਹੀ ਚੀਨੀ ਭਾਵ ਪਛਾਣੀ ਪ੍ਰਵੀਨੀ ਜਾਂਦੀ ਹੈ। ਦੁਚਿਤਾਈ ਦੂਈ ਭਾਵ ਦੁਤੀਏ ਦਾ ਇੱਥੇ ਮਲੀਆ ਮੇਟ ਹੋ ਜਾਂਦਾ ਹੈ। ਬਸ ਇੱਕੋ ਨਿਰਾਲੰਭ ਨਿਰਾਲਮ ਨਿਰਵਾਣ ਨਿਹਕੇਵਲ ਨਾਰਾਇਣ ਵਾਹਿਗੁਰੂ ਹੀ ਰੋਮ ਰੋਮ ਵਿੱਚ ਸਮਾਇਆ ਰਹਿੰਦਾ ਹੈ। ਅਵ ਅੰਦਰ ਭਾਵ ਹਿਰਦੇ ਅੰਦਰ ਨਭ ਅੰਤਰ ਭਾਵ ਦਸਮ ਦੁਆਰ ਅੰਤਰ ਇੱਕ ਉਹੀ ਹੀ ਜੋਤਾਕਾਰ ਦਿਸਦਾ ਹੈ। ਨਿਗੁਰਿਓ ਸੁਗੁਰਾ ਹੋਣ ਅਰਥਾਤ ਸਤਿਗੁਰੂ ਦਾ ਸਿੱਖ ਬਣਨ ਦਾ ਹੀ ਇਹ ਪ੍ਰਤਾਪ ਹੈ ਕਿ ਜਗਿਆਸੂ ਜਨ ਦੀ ਬਿਰਤੀ ਸੰਸਾਰਕਾਰ ਪ੍ਰਵਿਰਤੀ ਤੋਂ ਉਲਟ ਕੇ ਪਰਮਾਰਥ ਪ੍ਰਾਇਣ ਹੋ ਜਾਂਦੀ ਹੈ। ਨਿਰੋਲ ਈਸ਼ਰ ਪ੍ਰਾਇਣ ਤਦੋਂ ਹੀ ਹੋਈਦਾ ਹੈ ਜਦੋਂ ਮਾਇਆ ਮੋਹ ਮਈ ਭਰਮ ਦੀ ਕਾਈ ਉੱਕੀ ਹੀ ਮਿਟ ਜਾਂਦੀ ਹੈ। ਇਹ ਮੋਹ ਮਮਤਾ ਦੀ ਕਾਈ ਤਦੋਂ ਹੀ ਮਿਟਦੀ ਹੈ ਜਦੋਂ ਨਾਮ ਅਭਿਆਸ ਕਮਾਈ ਦੀ ਔਜ ਨੌਬਤ ਇੱਥੋਂ ਤਾਈ ਅੱਪੜ ਜਾਂਦੀ ਹੈ ਕਿ ਅਹਿਨਸ ਦਸਮ ਦੁਆਰੜੀ ਅਨਹਦ ਚੁਨਕਾਰ ਦੀ ਅਖੰਡ ਕਾਰਤਾ ਆ ਬਣੇ ਅਤੇ ਅਭਿਆਸੀ ਜਨ ਦਸਵੇਂ ਦੁਆਰ ਰਹਿਤ ਕਰੇ ਤ੍ਰਿਭਵਨ ਸੋਝੀ ਪਾਏ ਵਾਲੀ ਗਮਤਾ ਵਿੱਚ ਨਿਮਗਨ ਹੋ ਗਿਆ ਹੋਵੇ ਅਤੇ ਫਿਰ ਧਾਤ ਨਾ ਲਾਗੈ ਆਏ ਤੇ ਹਰਸਿਓ ਰਹਿ ਸਮਾਏ ਵਾਲੀ ਆਤਮ ਮੰਜ਼ਿਲ ਅੰਦਰ ਸਹਿਜ ਨਿਵਾਸ ਹੋ ਗਿਆ ਹੋਵੇ। ਤਿੱਥੇ ਫਿਰ ਨਵਨਿਦ ਨਾਮ ਨਿਧਾਨ ਦੇ ਅਖੁੱਟ ਭੰਡਾਰ ਖੁੱਲ ਜਾਂਦੇ ਹਨ, ਜਿਸ ਨੂੰ ਖਰਚਿਓ ਖਾਏ ਫਿਰ ਤੋਟ ਨਹੀਂ ਆਉਂਦੀ। 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਹਨ। ਨਿਜ ਘਰ ਨਿਜ ਥਾਂ ਵਸਿਆ ਇਹ ਬਰਕਤਾਂ ਸੁਤੇ ਸਹਿਜ ਹੀ ਆਏ ਪ੍ਰਾਪਤ ਹੁੰਦੀਆਂ ਹਨ। ਉੱਥੇ ਅਨਹਦ ਧੁਨੀ ਵਾਜੇ ਸਦਾ ਵੱਜਦੇ ਰਹਿੰਦੇ ਹਨ ਅਤੇ ਤੁਰਿਆ ਪਦ ਦੀ ਉਨਮਨੀ ਲਵਤਾਰ ਲੱਗੀ ਹੀ ਰਹਿੰਦੀ ਹੈ, ਜੈਸਾ ਕਿ ਅਗਲੇ ਗੁਰਵਾਕ ਦਾ ਭਾਵ ਹੈ। ਸਤਿਗੁਰ ਮਿਲਿਆ ਉਲਟੀ ਭਈ ਨਵ ਨਿਦ ਖਰਚਿਓ ਖਾਓ 18 ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ। ਗੁਰਮੁਖਾਂ ਨੂੰ ਹੀ ਇਹ ਪਦ ਪਰਮਾਰਥੜਾ ਪੰਥ ਪ੍ਰਗਟਦਾ ਹੈ। ਉਹਨਾਂ ਦੀ ਰਾਹ ਵਿੱਚ ਉਸਦੀ ਦਰ ਦਰਗਾਹੀ ਪ੍ਰਵੇਸ਼ਤਾ ਵਿੱਚ ਕੋਈ ਠਾਕ ਨਹੀਂ ਪਾ ਸਕਦਾ। ਉਹ ਸਾਰੀਆਂ ਹੀ ਮੰਜ਼ਿਲਾਂ ਅੰਦਰ ਸਿਫ ਸਲਾਹ ਦਾ ਪ੍ਰਵਾਹ ਜਾਰੀ ਰੱਖਦੇ ਹਨ, ਇੱਕ ਦਮ ਵੀ ਵਿਰਵੇ ਨਹੀਂ ਹੁੰਦੇ, ਅਗਾਹਾਂ ਨੂੰ ਹੀ ਤਾਂਘਦੇ ਹਨ, ਪਿਛਾਹਾਂ ਮੋਢਾ ਨਹੀਂ ਫਿਰਦੇ, ਹਰਦਮ ਨਾਮ ਨੂੰ ਮਨ ਵਿਖੇ ਪਰੋ ਕੇ ਨਾਮ ਵਿਖੇ ਹੀ ਲਿਵ ਲਾਈ ਰੱਖਦੇ ਹਨ। ਉਹਨਾਂ ਦੇ ਦਸਮ ਦੁਆਰ ਵਿਖੇ ਅਨਹਦ ਧੁਨੀੜੇ ਵਾਜੇ ਸਦਾ ਵੱਜਦੇ ਹੀ ਰਹਿੰਦੇ ਹਨ ਅਤੇ ਸੱਚੇ ਦਰਬਾਰ ਤੇ ਸੱਚੀ ਦਰਗਾਹੇ ਜਾ ਕੇ ਵੀ ਉਹੀ ਸੋਭਾ ਸੱਚੀ ਸੋਭਾ ਪਾਉਂਦੇ ਹਨ। ਯਥਾ ਗੁਰਵਾਖ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵਲਾਏ ਅਨਹਦ ਧੁਨੀ ਦਰ ਵੱਜਦੇ ਦਰ ਸੱਚੇ ਸੋਭਾ ਪਾਏ। ਤਤ ਬਿਸਮਾਦ ਦਾ ਪ੍ਰਤੱਖ ਨਜ਼ਾਰਾ ਤਿੱਥੇ ਹੀ ਪੇਖੀਦਾ ਹੈ ਜਿੱਥੇ ਕਿ ਅਨਹਦ ਧੁਨੀਆਂ ਦੇ ਅਚਰਜ ਸਵਾਦ ਅਦਭੁਤ ਆਨੰਦ ਅਹਿਲਾਦ ਦੇ ਹਕੀਕੀ ਨਜ਼ਾਰੇ ਵੱਜਦੇ ਹਨ। ਯਥਾ ਗੁਰਵਾਕ ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾ ਕੇ ਸਵਾਦ ਰਹਾਓ। ਅਨਹਦ ਬਿਸਮਾਦ ਦਾ ਸੰਗੋ ਪਾਂਗ ਆਨੰਦ ਅਹਿਲਾਦ ਭੁੰਚਣ ਹਾਰਿਆਂ ਦੀ ਮੁਸ਼ਦਕਾਂ ਸ਼ਹਾਦਤ ਦੇ ਹੁੰਦਿਆਂ
ਕਿਸੇ ਗੁਰਸਿੱਖ ਦੀ ਕੀ ਤਾਬ ਤਾਕਤ ਹੈ ਕਿ ਅਨਹਦ ਸ਼ਬਦ ਵਾਲੇ ਗੁਰਮਤ ਮਸਲੇ ਦੀ ਸੱਚਾਈ ਤੋਂ ਮੁਨਕਰ ਹੋ ਸਕੇ? ਬਿਸਮਾਤ ਦੇ ਆਨੰਦ ਅਹਿਲਾਦ ਰਸ ਵਿੱਚ ਭਰੇ ਭਕੁੰਨੇ ਤਤਦਰਸੀ ਤੇ ਆਤਮ ਰਹੱਸੀ ਜਨ ਪੁਕਾਰ ਪੁਕਾਰ ਉਚਾਰਦੇ ਹਨ, ਜੀਵ ਨੋ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ, ਹਰ ਨਾਮੋ ਹਰ ਨਾਮ ਦੇਵੈ ਮੇਰਾ ਪ੍ਰਾਨ ਵਸਾਏ ਰਾਮ, ਹਰ ਹਰ ਨਾਮ ਮੇਰਾ ਪ੍ਰਾਨ ਵਸਾਏ ਸਭ ਸੰਸਾ ਦੁੱਖ ਗਵਾਇਆ, ਅਦਿਸ਼ਟ ਅਗੋਚਰ ਗੁਰਬਚਨ ਤੇ ਆਇਆ ਪਵਿੱਤਰ ਪਰਮ ਪਦ ਪਾਇਆ, ਅਨਹਦ ਧੁਨ ਵਾਜਹ ਨਿਤ ਵਾਜੇ ਗਾਈ ਸਤਿਗੁਰ ਬਾਣੀ, ਨਾਨਕ ਦਾਤ ਕਰੀ ਪ੍ਰਭਦਾਤੈ ਜੋਤੀ ਜੋਤ ਸਮਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਅਨਹਦ ਸ਼ਬਦ ਯੋਗ ਦੇ ਅਨਹਦ ਸ਼ਬਦ ਤੋਂ ਵੱਖਰਾ ਹੈ। ਨਾਮ ਲਿਵਲੀਣੀ ਦਸ਼ਾ ਵਿੱਚ ਗਾਈ ਗੁਰ ਕੀ ਅੰਮ੍ਰਿਤ ਬਾਣੀ ਸਹਿਜ ਅਨਹਦ ਉਪਜਾਣੀ ਹੈ। ਇਹ ਗੁਰਬਾਣੀ ਹੀ ਖੁਦ ਅਨਹਦੋਂ ਉਪਜੀ ਹੈ ਅਤੇ ਅਨਹਦ ਸਮਾਣੀ ਹੈ। ਧੁਰ ਕੀ ਬਾਣੀ ਦਾ ਅਖੰਡ ਕੀਰਤਨ ਨਾਮ ਲਿਵਤਾਰੀਆਂ ਦੀ ਸੁਰਤੀ ਵਿਰਤੀ ਨੂੰ ਹਰ ਦਮ ਅਨਹਦ ਧੁਨੀਆਂ ਸੁਣਨ ਲਈ ਅਖੰਡਾਕਾਰ ਰੱਖਦਾ ਹੈ। ਗੁਰਮਤ ਅਨੁਸਾਰ ਅਨਹਦ ਸ਼ਬਦ ਅਖੰਡ ਕੀਰਤਨ ਦੀਆਂ ਅਨਾਹਦ ਧੁਨੀਆਂ ਦੀਆਂ ਚੁਨਕਾਰਾਂ ਸੁਣਦੀਆਂ ਹਨ। ਨਿਰੀਆਂ ਆਵਾਜ਼ਾਂ ਨਹੀਂ, ਆਮ ਬੋਲਚਾਲ ਵਿੱਚ ਜਿਹਾ ਕਿ ਸ਼ਬਦ ਦੇ ਅਰਥ ਆਵਾਜ਼ ਹਨ, ਇਹ ਅਰਥ ਗੁਰਮਤ ਪਰਮਾਰਥ ਅੰਦਰ ਮਨਜ਼ੂਰ ਨਹੀਂ। ਗੁਰੂ ਘਰ ਵਿਖੇ ਸ਼ਬਦ ਗਾਵਣ ਅਤੇ ਸ਼ਬਦ ਸੁਣਨ ਤੋਂ ਮੁਰਾਦ ਗੁਰਬਾਣੀ ਰੂਪੀ ਸ਼ਬਦ ਸੁਣਨ ਗਾਵਣ ਤੋਂ ਹੈ। ਸੋਈ ਸ਼ਬਦ ਬਿਸਮ ਅਨਾਹਦ ਚੁਨਕਾਰ ਅੰਦਰ ਦਸਮ ਦੁਆਰ ਪਹੁੰਚਿਆ ਸੁਣੀਦਾ ਹੈ। ਅਖੰਡ ਅਭਿਆਸ ਗੁਰਬਾਣੀ ਦਾ ਤੇ ਅਖੰਡ ਕਮਾਈ ਗੁਰ ਸ਼ਬਦ ਦੀ, ਅਖੰਡ ਨਿਰਵਾਣਤਾ ਗੁਰਬਾਣੀ ਦੇ ਕੀਰਤਨ ਦੀ, ਬਸ ਇਹੀ ਅਤੇ ਇਹੀ ਤਿੰਨੇ ਕਮਾਈਆਂ ਰਸਾਈਆਂ ਸੁਣਵਾਈਆਂ ਅਜਗੈਬੀ ਅਨਹਦ ਸ਼ਬਦ ਦੀ ਸੁਣਵਾਈ ਹਿੱਤ ਸਮਰੱਥ ਹਨ। ਅਨੁਮਤ ਵਾਲੇ ਯੋਗੀਆਂ ਦਾ ਯੋਗ ਮਹਿਜ਼ ਆਵਾਜ਼ਾਂ ਦੀ ਸੁਣਵਾਈ ਸੁਣਾਉਣ ਦਾ ਹੀ ਵੱਧ ਤੋਂ ਵੱਧ ਤਰਲਾ ਮਾਰ ਸਕਦਾ ਹੈ। ਰਾਧਾ ਸਵਾਮੀਆਂ ਦੀ ਘੂੰ ਘੂੰ ਤੋਂ ਇਹ ਹੱਠ ਯੋਗੜੀਆਂ ਅਨਹਦ ਆਵਾਜ਼ਾਂ ਬਹੁਤ ਉਚੇਰੀਆਂ ਹਨ, ਪਰੰਤੂ ਗੁਰਮਤ ਮਾਰਗ ਅੰਦਰ ਇਹ ਬਹੁਤ ਨਿਚਲੀਆਂ ਹਨ ਅਤੇ ਦਸਮ ਦੁਆਰ ਖੁੱਲਣ ਤੋਂ ਪਹਿਲਾਂ ਹੀ ਸੁਣੀਆਂ ਜਾ ਸਕਦੀਆਂ ਹਨ। ਗੁਰਮਤ ਸਹਿਜ ਯੋਗੀਆਂ ਨੂੰ ਇਹਨਾਂ ਆਵਾਜ਼ਾਂ ਦੇ ਸੁਣਨ ਦਾ ਸਾਨ ਗੁਮਾਨ ਹੀ ਨਹੀਂ ਉਪਜਦਾ, ਪਰੰਤੂ ਗੁਰਮਤ ਮਾਰਗੀ ਨਾਮ ਅਭਿਆਸ ਕਮਾਈਆਂ ਵਾਲੀਆਂ ਦੇ ਇਹ ਆਵਾਜ਼ਾਂ ਇਉਂ ਇਰਦ ਗਿਰਦ ਘੁੰਮਦੀਆਂ ਫਿਰਦੀਆਂ ਹਨ ਜਿਵੇਂ ਕਿ ਰਿਧੀਆਂ ਸਿੱਧੀਆਂ। ਬਿਸਮਾਦ ਸਾਧ ਰਸ ਜੋਤ ਅਹਿਲਾਦ ਦੇ ਅਨਹਦ ਲਿਵਤਾਰੀਆਂ ਅਤੇ ਰਸਕ ਰਿਸਾਲੂ ਰੰਗੀਸ਼ਰਾਂ ਨੂੰ ਇਹ ਆਵਾਜ਼ਾਂ ਬਹੁਤ ਫੋਕੀਆਂ ਲੱਗਦੀਆਂ ਹਨ, ਇਹਨਾਂ ਵੱਲ ਧਿਆਨ ਹੀ ਨਹੀਂ ਉਹਨਾਂ ਦਾ ਆਉਂਦਾ। ਇੱਕ ਵਾਰ ਦਾ ਜ਼ਿਕਰ ਹੈ ਕਿ ਦਾਸ ਦੇ ਕਿਸੇ ਗੁਰਸਿੱਖ ਮੀਤ ਨੇ ਦਾਸ ਨੂੰ ਦੱਸਿਆ ਕਿ ਉਸ ਨੂੰ ਅਨਹਦ ਸ਼ਬਦ ਸੁਣਦੇ ਹਨ ਅਤੇ ਜਦ ਤੋਂ ਉਹ ਨਾਮ ਦਾ ਅਭਿਆਸ ਸੰਗਤ ਵਿੱਚ ਆ ਕੇ ਕਰਨ ਲੱਗਿਆ ਹੈ ਉਦੋਂ ਦੀਆਂ ਧੁਨੀਆਂ ਸੁਣਦੀਆਂ ਹਨ ਤੇ ਸਾਫ਼ ਸੁਣਦੀਆਂ ਹਨ। ਮੈਥੋਂ ਸੱਜਣ ਆਪਣੇ ਅੰਦਰਲੀ ਘਟਨਾ ਦੀ ਤਸਦੀਕ ਕਰਾਉਣੀ ਚਾਹੁੰਦਾ ਸੀ ਕਿ ਮੈਂ ਵੀ ਆਪਣੀ ਹੱਡਬੀਤੀ ਦੱਸਾਂ। ਮੈਂ ਉਸ ਤੋਂ ਪੁੱਛਿਆ ਕਿ ਕਿਸ ਪ੍ਰਕਾਰ ਦੀਆਂ ਉਹ ਆਵਾਜ਼ਾਂ ਹਨ। ਮੈਨੂੰ ਆਪਣਾ ਮਹਿਰਮ ਰਾਸ ਜਾਣ ਕੇ ਉਸ ਨੇ ਸਪਸ਼ਟ ਮੈਨੂੰ ਦੱਸ ਦਿੱਤਾ ਕਿ ਇਸ ਪ੍ਰਕਾਰ ਦੀਆਂ ਆਵਾਜ਼ਾਂ ਹਨ, ਪਰ ਬਹੁਤੀ ਬੰਸਰੀ ਦੀ ਆਵਾਜ਼ ਸੁਣਾਈ ਦਿੰਦੀ ਹੈ ਜੋ ਬਹੁਤ ਸੁਰੀਲੀ ਹੈ, ਕਦੇ ਕਦੇ ਘੰਟਾ ਵੱਜਦਾ ਵੀ ਸੁਣਦਾ ਹੈ। ਛੈਣਿਆਂ ਤੇ ਸੰਖ ਦੀ ਆਵਾਜ਼ ਅਜੇ ਨਹੀਂ ਸੁਣਾਈ ਦਿੰਦੀ। ਬੱਦਲ ਦੀ ਘਨਘੋਰ ਸੁਣਨ ਦਾ ਤਾਂ ਕਦੇ ਕਦੇ ਝੌਲਾ ਪੈਂਦਾ ਹੈ, ਪਰ ਸਪਸ਼ਟ ਨਹੀਂ। ਮੈਂ ਆਖਿਆ, ਮੈਨੂੰ ਤਾਂ ਆਵਾਜ਼ਾਂ ਨਹੀਂ ਸੁਣਦੀਆਂ। ਉਹ ਮੇਰੇ ਇਸ ਜਵਾਬ ਤੋਂ ਬੜਾ ਹੈਰਾਨ ਹੋਇਆ ਤੇ ਨਿਰਾਸ਼ ਜਿਹਾ ਹੋ ਗਿਆ। ਮੈਂ ਪੁੱਛਿਆ, ਉਦਾਸ ਕਿਉਂ ਹੋ ਗਏ? ਮੇਰਾ ਇਹ ਉੱਤਰ ਸੁਣ ਕੇ ਕਹਿਣ ਲੱਗਾ ਕਿ ਨਿਰਾਸ਼ ਤਾਂ ਤਦ ਹੋਈ ਕਿ ਤੁਹਾਡੇ ਵੱਲੋਂ ਇਸ ਗੱਲ ਦੀ ਤਸਦੀਕ ਨਾ ਹੋਈ। ਸ਼ਾਇਦ ਇਹ ਨਿਰਾ ਭਰਮ ਭੁਲਾਵਾ ਨਾ ਨਿਕਲੇ, ਪਰ ਉਸ ਸੱਜਣ ਨੂੰ ਆਵਾਜ਼ਾਂ ਅਮਰ ਵਾਕਈ ਵਾਲੀ ਹਕੀਕਤ ਹੋ ਕੁੜੀਆਂ ਸਨ। ਉਸ ਦੇ ਕਥਨ ਅੰਦਰ ਦਾਸ ਨੂੰ ਰੰਚਕ ਵੀ ਸੰਦੇਹ ਨਹੀਂ ਉਪਜਿਆ। ਉਸ ਦੀ ਹੈਰਾਨੀ ਦਾ ਖਿਆਲ ਕਰਕੇ ਮੈਂ ਉਸ ਤੋਂ ਪੂਰੀ ਤਰ੍ਹਾਂ ਦਰਿਆਫਤ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਮੈਸਮਰਿਸਮ ਦੀਆਂ ਕਿਤਾਬਾਂ ਪੜ੍ਹਦਾ ਰਿਹਾ ਹੈ ਅਤੇ ਉਹਨਾਂ ਅਨੁਸਾਰ ਹੀ ਯੋਗ ਸਾਧਨਾ ਕਰਦਾ ਰਿਹਾ ਹੈ। ਉਹ ਇੱਕ ਖੜੇ ਗੱਤੇ ਉੱਤੇ ਕਾਲਾ ਚੱਕਰ ਉੱਕਰ ਕੇ
ਉਸ ਉੱਤੇ ਆਪਣੀ ਨਿਗਾਹ ਟਿਕਾਉਂਦਾ ਹੁੰਦਾ ਸੀ। ਉਸ ਨੇ ਮੈਸਮਰਿਜ਼ਮ ਦੀਆਂ ਕਿਤਾਬਾਂ ਵਿੱਚ ਹੀ ਉਕਤ ਆਵਾਜ਼ਾਂ ਦੇ ਨਾਂ ਪੜ੍ਹੇ ਸਨ, ਜਿਸ ਵਿੱਚ ਉਹ ਅਨੰਤ ਸ਼ਬਦ ਦੱਸਦੇ ਹਨ ਜੋ ਗਿਣਤੀ ਵਿੱਚ 5 ਸਨ। ਉਸ ਨੇ ਦੱਸਿਆ ਕਿ ਗੁਰਮਤਿ ਨਾਮ ਦੀ ਪ੍ਰਾਪਤੀ ਹੋਣ ਤਾਂ ਹੀ ਤਾਂ ਉਸ ਨੂੰ ਟਿਕਟਿਕੀ ਤੇ ਧਿਆਨ ਬੰਨਿਆ ਕੁਝ ਵੀ ਹਾਸਲ ਨਾ ਹੋਇਆ। ਜਦੋਂ ਗੁਰਮਤਿ ਨਾਮ ਦੇ ਉਹ ਲੜ ਲੱਗਾ ਤਾਂ ਇਸ ਵਹਿਣ ਵਿੱਚ ਪੈ ਗਿਆ ਕਿ ਨਾਮ ਅਭਿਆਸ ਕਰਦਾ ਹੋਇਆ ਵੀ ਉਸ ਕਾਲੇ ਟਿੱਕੇ ਉੱਤੇ ਆਪਣੀ ਨਿਗਾਹ ਜਮਾਉਂਦਾ ਰਿਹਾ, ਨਾਲੇ ਸਾਰੀ ਨਿਤਨੇਮ ਦੀ ਬਾਣੀ ਪੜ੍ਹਦਾ ਰਿਹਾ। ਆਸਾ ਦੀ ਵਾਰ, ਸੁਖਨੀ ਸਾਹਿਬ ਦਾ ਪਾਠ ਵੀ ਉਸੇ ਟਿਕਟਿਕੀ ਤੇ ਨਿਗਾਹ ਜਮਾਉਂਦਿਆਂ ਸੰਪੂਰਨ ਕਰਦਾ ਰਿਹਾ, ਪਰ ਨਾਮ ਬਾਣੀ ਦੇ ਪ੍ਰਭਾਵ ਕਰਕੇ ਬਿਰਤੀ ਉਸ ਦੀ ਟਿਕਾਓ ਵਿੱਚ ਆ ਗਈ। ਟਿਕਾਓ ਵਿੱਚ ਆਉਣ ਦਾ ਸਦਕਾ ਉਸ ਨੂੰ ਉਹ ਆਵਾਜ਼ਾਂ ਸਹਿਜ ਹੀ ਸੁਣਨ ਲੱਗ ਪਈਆਂ। ਉਸ ਨੂੰ ਲਿਲ ਜੋ ਇਹੋ ਲੱਗੀ ਹੋਈ ਸੀ, ਹਰ ਵਕਤ ਧਿਆਨ ਆਵਾਜ਼ਾਂ ਦੇ ਸੁਣਨ ਵਿੱਚ ਹੀ ਲੱਗਾ ਰਹਿੰਦਾ ਸੀ। ਅੰਮ੍ਰਿਤ ਵੇਲੇ ਦੇ ਟਿਕਾਓ ਵਿੱਚ ਵੀ ਉਸ ਦਾ ਇਹੋ ਯਤਨ ਸੀ। ਜਿਸ ਦਿਨ ਪਹਿਲੇ ਪਹਿਲ ਉਸ ਨੂੰ ਪਹਿਲਾਂ ਬੰਸਰੀ ਦੀ ਆਵਾਜ਼ ਸੁਣਾਈ ਦਿੱਤੀ ਤਾਂ ਬੜਾ ਹੀ ਖੁਸ਼ ਹੋਇਆ ਤੇ ਮੈਨੂੰ ਆ ਕੇ ਕਹਿਣ ਲੱਗਾ, ਲਓ ਜੀ ਮੈਨੂੰ ਤਾਂ ਅਨਹਦ ਸ਼ਬਦ ਸੁਣਾਈ ਦੇਣ ਲੱਗ ਪਏ ਹਨ ਤੇ ਇਹ ਸਭ ਨਾਮ ਦਾ ਹੀ ਪ੍ਰਤਾਪ ਹੈ। ਮੈਨੂੰ ਬਾਰ ਬਾਰ ਇਹੋ ਕਹੇ ਕਿ ਤੁਹਾਨੂੰ ਵੀ ਜ਼ਰੂਰ ਸੁਣਦੇ ਹੋਣਗੇ ਕਿਉਂਕਿ ਚਿਰਾਂ ਦੇ ਅਭਿਆਸ ਕਰਦੇ ਹੋ। ਮੈਂ ਆਖਿਆ ਕਿ ਤੁਸੀਂ ਸੱਚ ਕਹਿੰਦੇ ਹੋ, ਤੁਹਾਨੂੰ ਜ਼ਰੂਰ ਸੁਣਦੇ ਹੋਣਗੇ, ਮੈਨੂੰ ਤਾਂ ਨਹੀਂ ਸੁਣਦੇ। ਪਰ ਮੈਂ ਉਸ ਨੂੰ ਪੁੱਛਿਆ ਕਿ ਇਹ ਤਾਂ ਦੱਸੋ ਕਿ ਤੁਹਾਨੂੰ ਨਾਮ ਦਾ ਰਸ ਵੀ ਆਇਆ ਹੈ ਕਿ ਨਹੀਂ ਅਤੇ ਤੁਹਾਡੇ ਅੰਦਰ ਜੋਤ ਪ੍ਰਕਾਸ਼ ਦੀ ਕੋਈ ਕਿਰਨ ਆਈ ਹੈ ਕਿ ਨਹੀਂ। ਉਸ ਨੇ ਦੱਸਿਆ ਕਿ ਇਹ ਤਾਂ ਨਹੀਂ, ਇਹਨਾਂ ਦੋਨਾਂ ਗੱਲਾਂ ਵਿੱਚੋਂ ਕੋਈ ਵੀ ਨਹੀਂ। ਤਾਂ ਮੈਨੂੰ ਪੱਕੀ ਸਮਝ ਪੈ ਗਈ ਕਿ ਜੋ ਕੁਝ ਉਹ ਸੱਜਣ ਨੂੰ ਸੁਣਾਈ ਦੇ ਰਹੇ ਹਨ ਇਹ ਗੁਰਮਤਿ ਅਨਹਦ ਸ਼ਬਦ ਨਹੀਂ ਜੋ ਦਸਮ ਦੁਆਰ ਖੁੱਲੇ ਬਿਨਾ ਨਹੀਂ ਸੁਣਦੇ। ਇਹ ਤਾਂ ਉਰੇਡੇ ਦੀਆਂ ਆਵਾਜ਼ਾਂ ਹਨ। ਜਿਸ ਜਨ ਨੂੰ ਅਜੇ ਨਾਮ ਰਸ ਹੀ ਨਹੀਂ ਆਇਆ, ਜਿਸ ਦਾ ਨਾਭ ਕਮਲ ਹੀ ਨਹੀਂ ਖਿੜਿਆ ਅਤੇ ਉਸ ਵਿੱਚ ਰਸ ਜੋਤ ਕਣੀ ਹੀ ਨਹੀਂ ਭੋਈ ਗਈ, ਉਸ ਨੂੰ ਅਨਹਦ ਸ਼ਬਦ ਕਿਵੇਂ ਸੁਣਾਈ ਦੇ ਸਕਦੇ ਹਨ? ਪਰ ਇਹ ਕੁਝ ਵੀ ਜੋ ਉਸ ਨੂੰ ਸੁਣਾਈ ਦਿੱਤਾ ਹੈ ਗੁਰੂ ਸ਼ਬਦ ਮੰਤਰ ਦੀ ਕਮਾਈ ਦੇ ਤਫੈਲ ਹੀ ਸੁਣਾਈ ਦਿੱਤਾ ਹੈ। ਉਸ ਸੱਜਣ ਦੇ ਕਥਨ ਨੂੰ ਅੱਖਰ ਅੱਖਰ ਸੱਚਾ ਜਾਣ ਕੇ ਦਾਸ ਨੇ ਉਸ ਦਿਨ ਰਾਤ ਸਮੇਂ ਹਿਰਦੇ ਦੀ ਰਸ ਜੋਤ ਵਿਗਾਸ ਵਾਲੀ ਬਿਰਤੀ ਉਖੇੜ ਕੇ ਜਦੋਂ ਉੱਪਰ ਨੂੰ ਸੁਰਤੀ ਚੜਾ ਕੇ ਰੰਚਕ ਮਾਤਰ ਉਪਰਾ ਜਿਹਾ ਧਿਆਨ ਮਾਰਿਆ ਤਾਂ ਕੀ ਸੁਣਦਾ ਹਾਂ ਕਿ ਸੱਚਮੁੱਚ ਉਹ ਪੰਜ ਆਵਾਜ਼ਾਂ ਅੱਡੋ ਅੱਡੀ ਨਿਖਰਵੀਂ ਆਵਾਜ਼ ਵਿੱਚ ਗੂੰਜ ਰਹੀਆਂ ਹਨ। ਉਹ ਨਿਰੇ ਬਜੰਤਰੀ ਵਾਜੇ ਹੀ ਹਨ ਪਰ ਇੱਕ ਤਾਰ ਵੱਜਦੇ ਸੁਣਦੇ ਹਨ, ਪਰ ਉਹਨਾਂ ਅੰਦਰ ਉਹ ਹਿਰਦੇ ਵਿਗਾਸ ਵਾਲੇ ਰਸ ਦੇ ਮੁਕਾਬਲੇ ਵਿੱਚ ਸੋਵਾਂ ਹਿੱਸਾ ਰਸ ਵੀ ਨਹੀਂ। ਹਿਰਦੇ ਰਸ ਅੰਮ੍ਰਿਤਾਰ ਦੇ ਮਹਾਨ ਲਿਵਤਾਰੀ ਆਨੰਦ ਸੋਹੇ ਇਹਨਾਂ ਆਵਾਜ਼ਾਂ ਦੀ ਤਨਕਾਰ ਰਸ ਮਾਤ ਹੈ ਤੇ ਬਹੁਤ ਮੱਧਮ ਹੈ। ਮੇਰੀ ਅੱਜ ਤਾਈਂ ਇੱਧਰ ਸੁਰਤੀ ਹੀ ਨਹੀਂ ਗਈ ਸੀ ਖਬਰੇ ਕਦੋਂ ਕਦੇ ਵੱਜਦੇ ਹੋਣਗੇ ਪਏ ਵੱਜਣ। ਮੈਂ ਇਹਨਾਂ ਦਾ ਖੇੜਾ ਛੱਡ ਕੇ ਉਦੋਂ ਹੀ ਉਸ ਸੱਜਣ ਵੱਲ ਭੱਜਿਆ ਤੇ ਉਸਨੂੰ ਆਖਿਆ ਕਿ ਤੁਸੀਂ ਸੱਚੇ ਹੋ, ਅੱਜ ਮੈਂ ਧਿਆਨ ਮਾਰਿਆ ਤਾਂ ਵਾਕਈ ਤੁਹਾਡੇ ਵਾਲੇ ਪੰਜੇ ਪ੍ਰਕਾਰ ਦੇ ਆਵਾਜ਼ੇ ਬਜੰਤਰੀ ਸੁਣਾਈ ਦਿੱਤੇ। ਹੋਰ ਗੱਲ ਵਧੇਰੇ ਤਾਂ ਮੈਂ ਉਸਨੂੰ ਕੋਈ ਨਾ ਆਖੀ ਤਾਂ ਕਿ ਉਸਦਾ ਦਿਲ ਨਾ ਟੁੱਟ ਜਾਏ, ਪਰ ਇਹ ਗੱਲ ਬੜੀ ਮਜ਼ਬੂਤੀ ਨਾਲ ਉਸ ਤਾਈਂ ਨਿਰੂਪਣ ਕਰ ਦਿੱਤੀ ਕਿ ਬਾਹਮੁਖੀ ਬਿਰਤੀ ਲਾਉਣ ਵਾਲਾ ਸੌਦਾ ਗੁਰਮਤਿ ਅਭਿਆਸੀਆਂ ਲਈ ਸੋਭਦਾ ਨਹੀਂ। ਜਿਸ ਸੁਰਤੀ ਬਿਰਤੀ ਨੇ ਅੰਤਰਮੁਖ ਹੋ ਕੇ ਰਿਦੰਤਰ ਰਿਦ ਵਿਗਾਸ ਜੋਤ ਰਸ ਨੂੰ ਪ੍ਰਤੱਖ ਕਰਨਾ ਸੀ ਉਹ ਬਾਹਮੁਖੀ ਖਰਚ ਹੋ ਕੇ ਅਜਾਈ ਜਾਂਦੀ ਹੈ। ਵੱਧ ਤੋਂ ਵੱਧ ਇਹੋ ਡਿੱਠਾ ਹੋਣਾ ਚਾਹੀਦਾ ਹੈ ਕਿ ਗੱਤੇ ਉੱਪਰਲਾ ਕਾਲੇ ਰੰਗ ਦਾ ਗੋਲ ਟਿੱਕਾ ਰੋਸ਼ਨ ਹੋ ਕੇ ਸਫੈਦ ਚਾਨਣੇ ਵਾਲਾ ਹੋ ਗਿਆ ਹੋਣਾ ਹੈ। ਉਸ ਨੇ ਝੱਟ ਇਹ ਗੱਲ ਮੰਨ ਲਈ ਪਰ ਨਾਲ ਹੀ ਆਖਿਆ ਕਿ ਜੀ ਇਹ ਗੱਲ ਕਿਤੇ ਥੋੜੀ ਹੈ। ਪਰ ਮੈਂ ਆਖਿਆ ਕਿ ਗੁਰਮਤਿ ਅਨੁਸਾਰ ਇਹ ਬੜੇ ਘਾਟੇ ਵਾਲਾ ਸੌਦਾ ਹੈ। ਜੋ ਰੋਸ਼ਨੀ ਤੁਸੀਂ ਅੰਦਰ ਕਲਬ ਦੇ ਦੇਖਣੀ ਸੀ ਉਸਦਾ ਛਿੰਨ ਭੰਗਰੀ ਚਰਚਾ ਪਰਚਾ ਭਾਵ ਪੋਚ ਪ੍ਰਤਾਪ ਬਾਹਰ ਦੇ ਆਕਾਸ਼ ਵਿੱਚ ਪੈਂਦਾ ਹੋਊ, ਕੁਝ ਚਿਰ ਪਿੱਛੋਂ ਫੇਰ ਹਨੇਰ ਘੁੱਪ ਬਹੁਤਾ ਹੋਊ ਤਾਂ ਉਹ ਰੋਸ਼ਨ ਟਿੱਕਾ ਬਾਹਰ ਅੱਖੀਆਂ ਮੋਹਰੇ ਭਮੂਰੇ ਵਾਂਗੂ ਨੱਚਦਾ ਫਿਰਦਾ ਹੋਊ। ਆਤਮ ਬਿਰਤੀ ਦੇ ਚੜਾਓ ਉਭਰਾਓ ਲਈ ਇਹ ਕੁਛ ਸੁਬੇਹਤਾ ਨਹੀਂ ਦੇ ਸਕਦੇ। ਗੁਰਮਤਿ ਦੇ ਅਨਹਦ ਸ਼ਬਦ ਅਨਹਦ ਕੀਰਤਨ ਅਖਾੜੇ ਖੁੱਲਣੋਂ ਬਹੁਤ ਦੂਰ ਦੁਰਾਡੇ ਰਹਿ ਜਾਣਗੇ। ਇਹ ਦੋ ਜਣਿਆਂ ਦੇ ਹੱਡ ਬੀਤੀ ਵਾਰਤਾ ਤੋਂ ਇਹ ਦੋ ਗੱਲਾਂ ਸਿੱਧ ਹੋ ਗਈਆਂ ਕਿ ਦਸਮ ਦੁਆਰ ਦੀ ਖੇਡ ਤੋਂ ਉਰੇਡੇ ਪਰੇਡੇ ਦੋ ਹੀ ਘਟਨਾਵਾਂ ਜ਼ਰੂਰ ਵਰਤਦੀਆਂ ਹਨ। ਅਸਲ ਅਰਥਾਂ ਵਿੱਚ ਅਨਹਦ ਸ਼ਬਦ ਉਹੀ ਹਨ ਜੋ ਦਸਮ ਦੁਆਰ ਖੁੱਲ੍ਹਿਆਂ ਸੁਣਾਈ ਦਿੰਦੇ ਹਨ। ਕਈ ਅਜਾਣ ਇਹਨਾਂ ਆਵਾਜ਼ਾਂ ਦੇ ਸੁਣਨ ਸਾਰ ਹੀ ਇਹ ਗਲਤ ਨਤੀਜਾ ਕੱਢ ਲੈਂਦੇ ਹਨ ਕਿ ਦਸਮ ਦੁਆਰ ਖੁੱਲ੍ਹ ਗਿਆ ਹੈ।
कीर्तन दे प्रेमी गुरमुख जन सिर्फ बाजियां गाजियां ते नहीं पतीजदे, जिन्हां दी आत्म आधारी खुराक इत्थे केवल कीर्तन आधार नाम दी तनकार है, ਉਹ ਦਸਮ ਦੁਆਰੋਂ ਅਗਮਪੁਰਿਓਂ ਵੀ ਕੀਰਤਨ ਦੀਆਂ ਅਨਹਦ ਧੁਨੀਆਂ ਸੁਣ ਕੇ ਹੀ ਮਸਤ ਹੁੰਦੇ ਹਨ। ਐਰੇ ਗਹਿਰੇ ਬਜੰਤਰੀ ਬਾਜਿਆਂ ਦੀਆਂ ਧੁਨੀਆਂ ਉਹਨਾਂ ਨੂੰ ਨਾ ਚਿੱਤ ਹਿੱਤ ਚਿਤਾਉਂਦੀਆਂ ਹਨ ਤੇ ਨਾ ਹੀ ਸੁਖਾਉਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਸ਼ਬਦ ਗੁਰਮਤਿ ਅੰਦਰ ਗਿਣਤੀ ਦੇ ਪੰਜ ਬਜੰਤਰੀ ਬਾਜਿਆਂ ਦੀ ਧੁਨੀ ਤੋਂ ਉਤਪੰਨੀਆਂ ਪੰਜ ਸ਼ਬਦ ਧੁਨੀਆਂ ਭਾਵ ਆਵਾਜ਼ਾਂ ਦਾ ਵਿਧਾਨ ਨਹੀਂ। ਇਹਨਾਂ ਪੰਜਾਂ ਬਾਜਿਆਂ ਤੋਂ ਵੱਖਰੇ ਅਤੇ ਸ੍ਰੇਸ਼ਟ ਜੋ ਦਿਬ ਲਤਾਫਤੀ ਅਲੌਕਿਕ ਕੀਰਤਨ ਦਿਬ ਧੁਨੀਆਂ ਵਾਲੇ ਸ਼ਬਦ ਹਨ, ਸੋਈ ਗੁਰਮਤਿ ਦਸਮ ਦੁਆਰੀ ਪੰਜ ਸ਼ਬਦ ਹਨ। ਪੰਜ ਤੋਂ ਭਾਵ ਸ੍ਰੇਸ਼ਟ, ਦਿਬ ਸ੍ਰਿਸ਼ਟੇਸ਼ਟ, ਗੁਰਮਤਿ ਕੀਰਤਨ ਧੁਨੇਸ਼ਟ ਸ਼ਬਦ ਦਾ ਹੈ ਜੋ ਬਿਨ ਬਜਾਏ ਵੱਜਦੇ ਹਨ, ਜਿਨ੍ਹਾਂ ਨੂੰ ਆਪੋ ਵੱਜਦੇ ਦਸਮ ਦੁਆਰੇ ਗੂੰਜਦੇ ਗੁਰਮੁਖ ਅਭਿਆਸੀ ਜਨ ਇਸ ਲੋਕ ਵਿਖੇ ਬੈਠੇ ਵਿਚਰਦੇ ਵੀ ਸੁਣਦੇ ਹਨ ਅਤੇ ਗੁਰਪੁਰ ਲੋਕ ਵਿਖੇ ਜਾਏ ਸਮਾਏ ਕੇ ਵੀ ਸੁਣਦੇ ਹਨ। ਸੱਚਖੰਡੀ ਅਨਹਦ ਅਖਾੜਿਆਂ ਦੀਆਂ ਕੀਰਤਨ ਧੁਨੀਆਂ ਦਿਬ ਉਨਮਨੀ ਝੁਨਕਾਰ ਵਿੱਚ ਜਿਹੀਆਂ ਇੱਥੇ ਸੰਸਾਰ ਵਿੱਚ ਹੁੰਦਿਆਂ ਦਸਮ ਦੁਆਰ ਖੁੱਲਣ ਪਰ ਸੁਣੀਂਦੀਆਂ ਹਨ, ਤੇਹੀਆਂ ਹੀ ਕਰਮਖੰਡ ਤੇ ਸੱਚਖੰਡ ਵਿੱਚ ਪਹੁੰਚਿਆਂ ਵੀ ਦਿਵ ਸਰੋਤੀ ਸਰਵਣਾ ਦੁਆਰਾ ਸੁਣਦੀਆਂ ਹਨ। ਇਹ ਪੰਜ ਦਿਵ ਸ੍ਰਿਸ਼ਟੀ ਸ੍ਰੇਸ਼ਟ ਸ਼ਬਦ ਇਹਨਾਂ ਪੰਜ ਭੂਤਕ ਕੰਨਾਂ ਦਾ ਵਿਸ਼ਾ ਨਹੀਂ, ਇਹ ਤਾਂ ਆਤਮ ਮਗਨੋਲਿਆਂ ਨੂੰ ਗਗਨੋਲਿਆਂ ਭਾਵ ਦਸਮ ਦੁਆਰ ਦਾ ਉਘਾੜ ਹੋਇਆ ਅਲੌਕਿਕ ਗੁੰਜਾਰ ਵਿੱਚ ਸੁਣਦੇ ਹਨ। ਤਾਂ ਕਿ ਆ ਗੱਲਾਂ ਕਥੀਆਂ ਨਹੀਂ ਜਾਂਦੀਆਂ, ਪਰ ਵਿਸਮਾਦ ਸਵਾਦ ਦੀ ਸਲਾਹਤਾ ਸਲਾਹੇ ਬਿਨਾਂ ਰਿਹਾ ਵੀ ਨਹੀਂ ਜਾਂਦਾ। ਆਨੰਦ ਤਾਂ ਬਿਸਮਾਦ ਸ਼ਬਦ ਸਰੋਤ ਰਸ ਦਾ ਚਾਖਿਆ ਸ੍ਰਵਣਾਖਿਆ ਹੀ ਆਉਂਦਾ ਹੈ, ਪਰੰਤੂ ਗੁਰਮਤਿ ਅਨਹਦ ਸ਼ਬਦ ਦੀ ਵਿਲੱਖਣਤਾ ਵਿਚੱਖਣਤਾ ਪੰਚੱਖਣਤਾ ਤਾਂ ਸਾਫ਼ ਪ੍ਰਗਟ ਪਹਾਰੇ ਜਾਪਦੀ ਹੈ। ਅਨਹਦ ਸ਼ਬਦ ਕੀ ਤੇ ਪੰਜ ਗਿਣਤੀਆਂ ਦੀ ਆਵਾਜ਼ਾਂ ਵਾਲਾ ਸ਼ਬਦ ਕੀ? ਜਿਸ ਸ਼ਬਦ ਦੀ ਗੁੰਜਾਰ ਅਣਗਿਣਤ ਬੇਸ਼ੁਮਾਰ ਦਿਬ ਧੁਨੀਆਂ ਵਾਲੀ, ਬੇਹੱਦ ਦਿਬ ਕੀਰਤਨ ਧੁਨੀਆਂ ਵਾਲੀ ਹੈ, ਸੋਈ ਕਹੀਏ ਅਨਹਦ ਸ਼ਬਦ, ਉਹ ਪੰਜਾਂ ਦੀ ਗਿਣਤੀ ਵਿੱਚ ਕਿਵੇਂ ਆ ਸਕਦਾ ਹੈ? ਗੁਰਗਮ ਗਗਨ ਮੰਡਲਾਂ ਅੰਦਰ ਗੁਰਮਤਿ ਨਾਮ ਦਾ ਅਖੰਡ ਕੀਰਤਨੀ ਪੂਰਨ ਨਾਦ ਤਾਂ ਅਤਿਅੰਤ ਸ੍ਰੇਸ਼ਟ ਉਤਕੇਸ਼ਟ ਆਸਰਜ ਬਿਸਮਤਾ ਰਸ ਰਸਾਲੜਾ ਸੁਰਤੇ ਜਨਾਂ ਦੀ ਸਾਵਧਾਨ ਸਰੋਤ ਅੰਦਰ ਆਇਆ ਹੈ। ਨਾਮ ਦਾ ਅਦਭੁਤ ਰਸੀਲੜਾ ਕੀਰਤਨ ਨਾਦ ਪੰਜ ਸ਼ਬਦੀਆਂ ਅਨਹਦ ਕੀਰਤਨ ਗੁਰਮਤਿ ਅੰਦਰ ਵਿਧਾਨਿਆ ਪ੍ਰਮਾਨਿਆ ਜਾ ਸਕਦਾ ਹੈ। ਧੁਰੰਦਰੀ ਅੰਮ੍ਰਿਤ ਬਾਣੀ ਦੇ ਅਖੰਡ ਕੀਰਤਨ ਅਖਾੜੇ ਵੀ ਗੁਰਗਮ ਗਗਨ ਮੰਡਲਾਂ ਅੰਦਰ ਬੱਝੇ ਰਹਿੰਦੇ ਹਨ, ਪਰੰਤੂ ਖਾਸ ਪੰਜ ਗਿਣਤੀਆਂ ਕੋਈ ਅਨਹਦ ਸ਼ਬਦ ਦਸਮ ਦੁਆਰਿਓਂ ਅਪਰੰਪਰ ਨਹੀਂ ਸਰੋਦਤ ਹੋਇਆ ਅਰਥਾਤ ਨਹੀਂ ਬੱਝਿਆ, ਸੁਣਿਆ ਪ੍ਰਵਾਨਿਆ ਗਿਆ। ਕਿਸੇ ਪੁੱਗ ਖਲੋਤੇ ਗੁਰਮੁਖ ਜਨ ਨੂੰ ਏਦੋਂ ਵੱਧ ਹੱਡਬੀਤੀਆਂ ਤਜਰਬਾ ਹੋਇਆ ਹੋਵੇ ਤਾਂ ਭਾਵੇਂ ਹੋਇਆ ਹੋਵੇ, ਪਰ ਨਿਜ ਪੇਖਿਆ ਚਾਖਿਆ ਨਜ਼ਰੀ ਆਇਆ ਦੱਸਣਾ ਦਰਸਾਉਣਾ ਹੀ ਪਰਮ ਸੁਚਿਆਰਤਾ ਹੈ। ਸੱਚਮੁੱਚ ਗੁਰਮੁਖ ਪੁੱਗ ਖਲੋਤੇ ਹਰ ਕੇ ਲੋਕ ਅਦਭੁਤ ਅਲੌਕਿਕ ਕੀਰਤਨ ਦਿਵਤਾ ਵਾਲੇ ਪੰਜ ਸ੍ਰੇਸ਼ਟ ਸ਼ਬਦੀਏ ਪੂਰਨ ਨਾਦ ਦੇ ਅਨਹਦ ਧੁਨ ਬਜੰਤਰੀ ਆਚਰਜ ਬਿਸਮਾਦ ਵਿੱਚ ਪੂਰਨ ਨਿਰਯੋਗ ਪਾਰ ਬ੍ਰਹਮ ਸੰਗ ਕੇਲ ਕਰਦੇ ਰਹਿੰਦੇ ਹਨ। ਸੰਤ ਜਨਾਂ ਦਾ ਅਨਹਦ ਕੀਰਤਨ ਕੇਲੰਤੀਆਂ ਭਵਨ ਸੱਚੜਾ ਸੁੱਖ ਸਹਿਜ ਆਨੰਦ ਭਵਨ ਹੈ। ਇੱਥੇ ਬੈਠੜੇ ਤਿੱਥੇ ਦੀ ਪਹੁੰਚ ਵਾਲੇ ਸੰਤ ਜਨਾਂ ਅਤੇ ਤਿੱਥੇ ਵਸੰਦੜੇ ਭਗਤ ਕੇ ਲੋਲਿਆਂ ਭਾਵ ਕਰਮ ਖੰਡ ਤੇ ਸੱਚ ਖੰਡ ਵਿੱਚ ਵਸਣਹਾਰੇ ਭਗਤ ਜਨਾਂ ਦੇ ਕਈ ਲੋਕਾਂ ਦਾ ਕੀਰਤਨ ਕੇਲ ਕਲੋਲ ਸੰਗਮੀ ਸਤਸੰਗ ਮੰਡਲ ਅਪਾਰ ਮਹਿਮਾਮਈ ਵਿਲੱਖਣਤਾ ਵਾਲਾ ਹੈ। ਤਿੱਥੇ ਭਾਵ ਇਹਾਂ ਉਹਾਂ ਜਾਂ ਲੋਕ ਪ੍ਰਲੋਕ ਵਿੱਚ ਰੋਗ ਸੋਗ ਜਨਮ ਮਰਨ ਤੀਨ ਕਾਲ ਵੀ ਨੇੜੇ ਨਹੀਂ ਆਉਂਦਾ, ਉੱਥੇ ਕੇਵਲ ਨਾਮ ਦਾ ਹੀ ਸਿਮਰਨ ਕੀਰਤਨ ਅਨਹਦ ਅਖੰਡਾਕਾਰ ਧੁਨੀ ਵਿੱਚ ਹੁੰਦਾ ਰਹਿੰਦਾ ਹੈ। ਪਰ ਉਸ ਅਦਭੁਤ ਵਿਸਰਾਮ ਅਸਥਾਨ ਨੂੰ ਵਿਰਲੇ ਜੀਵਨ ਮੁਕਤ ਮਾਇਆ ਅਤੀਤ ਗੁਰਮੁਖ ਜੋਗੀ ਜਾਣਦੇ ਹੀ ਪਾਉਂਦੇ ਹਨ। ਪਰ
उस अद्भुत विश्राम स्थान नूं विरले जीवन मुक्त माया अतीत गुरमुख जोगी जागदे ही पाउंदे हन। तित पद पुगियां दा भोजन भाव कीर्तन आधार ही हुंदा है। दसम द्वारियो पार परंदड़े ते सचखंड दी हाजरा हजूरी विच निरंकार दे निकट वसंदड़े भगत जना दा बेअंत बेशुमार समय लई निहचल आसन रहिंदा है। इस निहचल आसने अरूढ़त होया सुरतारी जन फिर ना डिगदा है, ना डोलदा है, ना ही निहचल आसन अपनी निहचलता तों चलायमान हुंदा है, ना इह निहचल आसनिया कतहूं तावंदा है, परंतु गुरु प्रसाद कर कोई विरला ही इस निहचल आसनी महल नूं पाउंदा है। तिथे भ्रम भै माया जाल दा नमूद नहीं रहिंदा। इन्हां फुरनिया तों उत्थे उक्की ही अफुरता हुंदी है अते इसे अफुरत अचल समाधि विच केवल कृपाल प्रभु अकाल ही अकाल अखंड दर्स जमाल जलवन ही जलवनाउंदा रहिंदा है। जिस दा कोई अंत पारावार नहीं पा सकदा, उस दा निरा आकार अते साकार होना अते निरपासार गुप्त गहनार होना अते प्रगट पहाड़ा पासार पसारना उस दे अपने अख्तियार विच ही है। बियो पूछना मसलत धरै, जो किछ करै सो आप ही करै। गुरमुख नाम निर्वाण पद लीने नाम रसक वैरागियां नूं बेअंत दा अंत लैण दे खल जगण विच पैण दा कोई सरोकार नहीं। उन्हां दे अंतर जो अहनस रस जोत विच अहलादियां हर हर स्वाद बनिया रहिंदा है। इस करके उन्हां दी सदरस लिव ध्यान दृष्टि सुरत सोदरों होर पासे होरत वल झमकदी ही नहीं। उन्हां दा विस्माद अचरज अते अकथनीय हुंदा है। जिस दी मित महिमा उन्हां पासों आपे ही कही कथी नहीं जांदी, जैसा कि इन बिन इस अगले गुरवाक तों सिद्ध हुंदा है। पंच शब्द तह पूरण नाद अनहद बाजे अचरज विस्माद केल करह संत हर लोग पार ब्रह्म पूरण निरजोग सुख सहज आनंद भवन साध संग बैस गुण गाव है तह रोग सोग नहीं जन्म मरण रहाओ ऊहा सिमरह केवल नाम बिरले पाव है ओह विश्राम भोजन भाव कीर्तन आधार निहचल आसन बेसुमार डिग ना डोलै कथू न तावै गुर प्रसाद को इहो महल पावै भ्रम पै मोह न माया जाल सुन समाद प्रभु कृपाल ताका अंत न पारावार आपे गुप्त आपे पासार जाके अंतर हर हर स्वाद कहन न जाई नानक विस्माद। जीवन मुक्त गुरमुख मुक्तीशरां दा मुक्त द्वार सच खंडी अनहद चुनकारिया सद सदीवी बैकुंठ वासा है। उस संसार विच रहिंदे होए भी बैकुंठ वासी रहिंदे हन। उन्हां दी संसाराकार बिरती ही नहीं रहिंदी। उह तां सदा निरभय दे घर दर दसम द्वार विखे सहज समाधत होए सदा कीर्तन तरंगी तुरिया दे बजंतरी ही बने रहिंदे हन। जिथे अखंडाकार अनहद चुनकार दा अकथनीय विसम रस भरपूर रहिंदा है। ए सब जहूरा गुरमत नाम सिमरन कला कमाई दा अंकुरा ही हुंदा है। प्रभु कै सिमरन अनहद चुनकार ऐसे सिमरन वाजो तत् गुरमत मुक्त पद प्राप्त नहीं हुंदा। तां ते ऐसा सिमरन खिन खिन अंतर परोई रस भोई ही रखना चाहिदा है। यथा गुरवाक जिह सिमरन होए मुक्त द्वार जाहे बैकुंठ नहीं संसार निरभौ कह कर बजावह तूर अनहद बजह सदा भरपूर ऐसा सिमरन कर मन माह बिन सिमरन मुक्त कत नाह रहाओ। वाहिगुरु जी का खालसा वाहिगुरु जी की फतह है।